मेरा देश महान भारत दे विच पिछले 30-35 सालों तो यह गल सुन के हरेक बंदा हस पैंदा। 26 जनवरी नूं संविधान लागू होया सी इस मुल्क दा, ते इस संविधान नूं घड़न वालियां नूं किसे नूं भी इस तों तसल्ली ना सी, ना होनी चाहीदी सी। सब तों वड्डा झूठ जिहड़ा बार बार बोलिया गया कि जी जिहड़ा अंबेदकर वा डॉक्टर भीम राव अंबेदकर भी उहने संविधान बणाया, ਉਹ ਵੀ ਠੋਕ ਵਜਾ ਕੇ ਇਹ ਗੱਲ ਕਹਿੰਦਾ ਰਿਹਾ ਵੀ ਮੈਥੋਂ ਤਾਂ ਜਿਹੜਾ ਕੁਛ ਮੈਂ ਇੱਕ ਕਮੇਟੀ ਦਾ ਮੈਂਬਰ ਸੀਗਾ ਅਤੇ ਮੈਨੂੰ ਤਾਂ ਜਿਹੜਾ ਕੁਛ ਤੁਸੀਂ ਕਿਹਾ ਮੈਂ ਉਹ ਲਿਖਾਈ ਗਿਆ। 27 ਸਤੰਬਰ 1951 ਨੂੰ ਤਾਂ ਉਹਨੇ ਕਿਹਾ ਵੀ ਤੁਸੀਂ ਕਰਤੂਤਾਂ ਤਾਂ ਥੋੜੀਆਂ ਨੇ ਜਿਹੜੀਆਂ ਇਸ ਕੌਂਸਟੀਟਿਊਸ਼ਨ ਦੇ ਵਿੱਚ ਗੱਲਾਂ ਲਿਖੀਆਂ ਨੇ, ਸਿੱਧਾ ਸ਼ਬਦ ਉਹਨੇ ਵਰਤਿਆ ਕਰਤੂਤ, ਕਹਿੰਦਾ ਇਹ ਤੁਸੀਂ ਆਪਦੀਆਂ ਕਰਤੂਤਾਂ ਹੁਣ ਮੇਰੇ ਸਿਰ ਨਾ ਨਾ ਆਉਣ। ਜਿਹੜੀ ਬਹੁ ਗਿਣਤੀ ਆ ਉਹਦਾ ਜੋ ਹਿਸਾਬ ਕਿਤਾਬ ਆ, ਜੋ ਨਜ਼ਰੀਆ, ਉਹਦੇ ਹਿਸਾਬ ਨੂੰ ਦੇਖ ਕੇ ਮੈਂ ਕਹਿ ਰਿਹਾ ਹੈਗਾ ਕਿ ਇਹ ਸੰਵਿਧਾਨ ਬੜਾ ਖਤਰਨਾਕ ਸਾਬਤ ਹੋਊ। ਉਹ ਕਹਿੰਦਾ ਵੀ ਠੀਕ ਆ ਜੇ ਇਹ ਗੱਲ ਤੁਸੀਂ ਕਹਿੰਦੇ ਹੋ ਨਾ ਵੀ ਮੈਂ ਬਣਾਇਆ, ਤਾਂ ਇਹਨੂੰ ਅੱਗ ਲਾਉਣ ਵਾਲਾ ਸਭ ਤੋਂ ਪਹਿਲਾ ਬੰਦਾ ਮੈਂ ਹੋਊਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਦੇਸ਼ ਮਹਾਨ ਭਾਰਤ ਦੇ ਵਿੱਚ ਪਿਛਲੇ 30-35 ਸਾਲਾਂ ਤੋਂ ਇਹ ਗੱਲ ਸੁਣ ਕੇ ਹਰੇਕ ਬੰਦਾ ਹੱਸ ਪੈਂਦਾ, ਮੇਰਾ ਦੇਸ਼ ਮਹਾਨ। ਪਰ ਭਾਰਤ ਦੀ ਜਿਹੜੀ ਹਕੂਮਤੀ ਪ੍ਰਣਾਲੀ ਆ, ਜਿਹੜੀ ਹਕੂਮਤੀ ਮਸ਼ੀਨਰੀ ਆ, ਨਿਜ਼ਾਮ ਸਿਸਟਮ, ਜਿਹੜੇ ਲੋਕ ਇਸ ਸਿਸਟਮ ਦਾ ਹਿੱਸਾ ਨੇ ਉਹਨਾਂ ਨੂੰ ਨਾ ਤਾਂ ਕਦੇ ਸ਼ਰਮ ਆਈ ਆ, ਨਾ ਕਦੇ ਆ ਸਕਦੀ ਆ, ਅਤੇ ਨਾ ਹੀ ਉਹਨਾਂ ਨੂੰ ਕਦੇ ਇਸ ਤਰੀਕੇ ਦੀ ਕੋਈ ਸ਼ਰਮ ਲਿਆ ਸਕਦਾ ਵੀ ਕੋਲੇ ਬਹਿ ਕੇ ਕੋਈ ਚਾਰ ਗੱਲਾਂ ਸੁਣਾਈਏ ਉਹਨਾਂ ਨੂੰ ਸ਼ਰਮ ਆਵੇ। ਪਰ ਆਮ ਭਾਰਤੀ ਨੂੰ ਜਦੋਂ ਇਹ ਸ਼ਬਦ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਕਿਤੇ ਮਿਲਦੇ ਆ ਜਿੱਥੇ ਲਿਖਿਆ ਹੁੰਦਾ ਮੇਰਾ ਦੇਸ਼ ਮਹਾਨ, ਬੰਦਾ ਬੜਾ ਹੋਰ ਤਰ੍ਹਾਂ ਜੇ ਮਹਿਸੂਸ ਕਰਦਾ ਵੀ ਕਮਾਲ ਦੀ ਗੱਲ ਆ, ਅਜੇ ਵੀ ਇਹ ਦੇਸ਼ ਮਹਾਨ। ਊਂ ਤਾਂ 1947 ਤੋਂ ਹੀ ਇਸ ਦੇਸ਼ ਦੀ ਮਹਾਨਤਾ ਦੀਆਂ ਖਬਰਾਂ, ਮਹਾਨਤਾ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਆਲੇ ਦੁਆਲੇ ਨਿੱਤ ਵਾਪਰਦੀਆਂ ਨੇ। ਅੱਜ 26 ਜਨਵਰੀ ਆ, ਤੇ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਇਸ ਮੁਲਕ ਦਾ, ਤੇ ਇਸ ਸੰਵਿਧਾਨ ਨੂੰ ਘੜਨ ਵਾਲਿਆਂ ਨੂੰ ਕਿਸੇ ਨੂੰ ਵੀ ਇਸ ਤੋਂ ਤਸੱਲੀ ਨਾ ਸੀ, ਨਾ ਹੋਣੀ ਚਾਹੀਦੀ ਸੀ, ਨਾ ਉਹਨਾਂ ਨੇ ਇਸ ਗੱਲ ਨੂੰ ਲੁਕੋਇਆ। ਇੱਥੋਂ ਤੱਕ ਕਿ ਇਸ ਮੁਲਕ ਦੇ ਜਿਹੜੇ ਸਭ ਤੋਂ ਵੱਡਾ ਝੂਠ ਜਿਹੜਾ ਵਾਰ ਵਾਰ ਬੋਲਿਆ ਗਿਆ ਕਿ ਜੀ ਜਿਹੜਾ ਅੰਬੇਦਕਰ ਵਾ ਡਾਕਟਰ ਭੀਮ ਰਾਓ ਅੰਬੇਦਕਰ ਵੀ ਉਹਨੇ ਸੰਵਿਧਾਨ ਬਣਾਇਆ, ਉਹ ਵੀ ਠੋਕ ਵਜਾ ਕੇ ਇਹ ਗੱਲ ਕਹਿੰਦਾ ਰਿਹਾ ਵੀ ਮੈਥੋਂ ਤਾਂ ਜਿਹੜਾ ਕੁਛ ਮੈਂ ਇੱਕ ਕਮੇਟੀ ਦਾ ਮੈਂਬਰ ਸੀਗਾ ਅਤੇ ਮੈਨੂੰ ਤਾਂ ਜਿਹੜਾ ਕੁਛ ਤੁਸੀਂ ਕਿਹਾ ਮੈਂ ਉਹ ਲਿਖਾਈ ਗਿਆ। ਬਈ ਮੈਂ ਇੱਕ ਐਕਟਿਵਿਸਟ ਜਾਂ ਇੱਕ ਟੀਮ ਦਾ ਹਿੱਸਾ ਸੀਗਾ ਅਤੇ ਮੇਰੀ ਇੱਛਾ ਅਨੁਸਾਰ ਸਾਰਾ ਸੰਵਿਧਾਨ ਨਹੀਂ ਬਣਿਆ ਹੋਇਆ, ਐਵੇਂ ਮੇਰੇ ਸਿਰ ਨਾ ਗੱਲ ਮੜੋ। ਜਦੋਂ ਇਸ ਗੱਲ ਦਾ ਰੌਲਾ ਰੱਪਾ ਪਿਆ 27 ਸਤੰਬਰ 1951 ਨੂੰ, ਤਾਂ ਉਹਨੇ ਕਿਹਾ ਵੀ ਤੁਸੀਂ ਕਰਤੂਤਾਂ ਤਾਂ ਥੋੜੀਆਂ ਨੇ ਜਿਹੜੀਆਂ ਇਸ ਕੌਂਸਟੀਟਿਊਸ਼ਨ ਦੇ ਵਿੱਚ ਗੱਲਾਂ ਲਿਖੀਆਂ ਨੇ, ਸਿੱਧਾ ਸ਼ਬਦ ਉਹਨੇ ਵਰਤਿਆ ਕਰਤੂਤ, ਕਹਿੰਦਾ ਇਹ ਤੁਸੀਂ ਆਪਦੀਆਂ ਕਰਤੂਤਾਂ ਹੁਣ ਮੇਰੇ ਸਿਰ ਨਾ ਨਾ ਆਉਣੋ। ਉਹ ਜਿਹੜਾ ਕਾਟਜੂ ਸੀ ਗ੍ਰਹਿ ਮੰਤਰੀ, ਉਹਨੇ ਕਿਤੇ ਇਹ ਗੱਲ ਕਹਿ ਦਿੱਤੀ ਜਿਹੜੀ ਸਾਡੇ ਭਾਰਤ ਦੇ ਵਿੱਚ, ਭਾਰਤ ਤੋਂ ਬਾਹਰ ਵੀ ਬਹੁਤ ਸਾਰੇ ਲੋਕ ਇਹ ਝੂਠ ਬੋਲਦੇ ਆ ਕਿ ਇਹ ਸੰਵਿਧਾਨ ਤੁਸੀਂ ਆਪ ਤਾਂ ਬਣਾਇਆ, ਤੇ ਉਹ ਕਹਿੰਦਾ ਵੀ ਠੀਕ ਆ ਜੇ ਇਹ ਗੱਲ ਤੁਸੀਂ ਕਹਿੰਦੇ ਹੋ ਨਾ ਵੀ ਮੈਂ ਬਣਾਇਆ, ਤਾਂ ਇਹਨੂੰ ਅੱਗ ਲਾਉਣ ਵਾਲਾ ਸਭ ਤੋਂ ਪਹਿਲਾ ਬੰਦਾ ਮੈਂ ਹੋਊਂ। ਹੁਣ ਜਿਸ ਸੰਵਿਧਾਨ ਨੂੰ ਬਣਾਉਣ ਵਾਲੇ ਬੰਦੇ ਦੇ ਇਹ ਵਿਚਾਰ ਹੋਣ ਤੇ ਉਹ ਠੋਕ ਵਜਾ ਕੇ ਕਹਿ ਰਿਹਾ ਹੋਵੇ ਕਿ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਇਸ ਸੰਵਿਧਾਨ ਨੂੰ ਸਾੜਨ ਵਾਲਾ ਸਭ ਤੋਂ ਪਹਿਲਾ ਬੰਦਾ ਮੈਂ ਹੋਵਾਂ। ਇਹ ਮੈਨੂੰ ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਇਹ ਸੰਵਿਧਾਨ ਕਿਸੇ ਲਈ ਵੀ ਢੁਕਵਾਂ ਨਹੀਂ। ਉਹਨੇ ਕਿਹਾ ਵੀ ਜਿਹੜੀ ਇਸ ਦੇਸ਼ ਦੇ ਵਿੱਚ ਬਹੁ ਗਿਣਤੀ ਆ ਨਾ, ਤੇ ਇਸ ਮੁਲਕ 'ਚ ਕਈ ਘੱਟ ਗਿਣਤੀਆਂ ਨੇ, ਤੇ ਜਿਹੜੀ ਬਹੁ ਗਿਣਤੀ ਆ ਉਹਦਾ ਜੋ ਹਿਸਾਬ ਕਿਤਾਬ ਆ, ਜੋ ਨਜ਼ਰੀਆ, ਉਹਦੇ ਹਿਸਾਬ ਨੂੰ ਦੇਖ ਕੇ ਮੈਂ ਕਹਿ ਰਿਹਾ ਹੈਗਾ ਕਿ ਇਹ ਸੰਵਿਧਾਨ ਬੜਾ ਖਤਰਨਾਕ ਸਾਬਤ ਹੋਊਗਾ। ਹੁਣ ਇਹ ਗੱਲਾਂ ਅੱਜ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਸੇ ਮੁਲਕ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਪੂਰਾ ਮਿੱਥ ਕੇ ਇਹ ਸਥਾਪਿਤ ਕਰਨ ਨੂੰ ਫਿਰਦੇ ਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਬਣਾਇਆ ਸੀਗਾ ਜੀ, ਸੰਵਿਧਾਨ ਦੇ ਅਧੀਨ ਚੱਲ ਰਿਹਾ ਮੁਲਕ ਬਹੁਤ ਸ਼ਾਨਦਾਰ ਆ ਜੀ, ਬੜੀ ਵਧੀਆ ਡੈਮੋਕਰੇਸੀ ਚੱਲ ਰਹੀ ਆ,
ਜਦੋਂ ਕਿ ਤੱਥ ਗਵਾਹ ਨੇ ਸਬੂਤ ਪਏ ਨੇ ਬਈ ਇਹ ਜਿਹੜਾ ਸੰਵਿਧਾਨ ਸੀਗਾ ਇਹਨੂੰ ਬਣਾਉਣ ਦੇ ਮਸਲੇ ਉੱਤੇ ਅੰਬੇਦਕਰ ਵਾਰ ਵਾਰ ਇਹ ਗੱਲ ਡਾਕਟਰ ਸਾਹਿਬ ਕਹਿੰਦੇ ਰਹੇ ਆ ਕਿ ਮੈਂ ਨੀ ਇਹ ਬਣਾਇਆ, ਮੈਨੂੰ ਤਾਂ ਤੁਸੀਂ ਮਨੁਸ਼ੀ ਵਾਂਗੂ ਵਰਤਿਆ। ਜਿਹੜੇ ਸਾਡੇ ਦਲਿਤ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਇਹ ਪੰਪ ਪੂਰਾ ਟਕਾ ਕੇ ਮਾਰਿਆ ਗਿਆ ਵੀ ਇਹ ਤਾਂ ਜੀ ਡਾਕਟਰ ਅੰਬੇਦਕਰ ਸਾਹਿਬ ਨੇ ਉਵੇਂ ਆ ਜਿਵੇਂ ਸਿੱਖਾਂ ਲਈ ਗੁਰਬਾਣੀ ਆ, ਜਿਵੇਂ ਮੁਸਲਮਾਨਾਂ ਲਈ ਕੁਰਾਨ ਸ਼ਰੀਫ ਆ, ਜਿਵੇਂ ਈਸਾਈਆਂ ਲਈ ਬਾਈਬਲ ਆ, ਉਵੇਂ ਭਾਰਤੀਆਂ ਲਈ ਇੱਕ ਪਵਿੱਤਰ ਗ੍ਰੰਥ ਵਾਂਗੂ ਆ ਇਹਨੂੰ। ਮਤਲਬ ਤੁਸੀਂ ਐ ਨਾ ਸਮਝੋ ਵੀ ਇਹ ਕੋਈ ਗੱਲ, ਇੱਦਾਂ ਦੀਆਂ ਗੱਲਾਂ ਵਾਰ ਵਾਰ ਕਰਕੇ ਇੱਕ ਇਹੋ ਜਿਹਾ ਸੰਵਿਧਾਨ ਜਿਹੜਾ ਡਾਕਟਰ ਅੰਬੇਦਕਰ ਨੇ ਨਾ ਆਪ ਸਾਰਾ ਲਿਖਿਆ ਨਾ ਉਹਦੀ ਸਹਿਮਤੀ ਆ, ਸਾਰੀ ਗੱਲਾਂ ਉਹ ਅੱਗ ਲਾ ਕੇ ਸਾੜਨ ਦੀਆਂ ਗੱਲਾਂ ਕਰੀ ਜਾਂਦੇ ਆ, ਤੇ ਅੰਬੇਦਕਰ ਦੇ ਸਮਰਥਕਾਂ ਨੂੰ ਡਾਕਟਰ ਅੰਬੇਦਕਰ ਨੂੰ ਪਿਆਰ ਕਰਨ ਵਾਲਿਆਂ ਨੂੰ ਇੰਨਾ ਜ਼ਿਆਦਾ ਭਰਮਾਇਆ ਗਿਆ, ਗੁੰਮਰਾਹ ਕੀਤਾ ਗਿਆ ਵੀ ਉਹ ਜਦੋਂ ਕੋਈ ਇਸ ਸੰਵਿਧਾਨ ਦਾ ਨੁਕਸ ਲੱਭਦਾ ਜਾਂ ਇਸ ਸੰਵਿਧਾਨ ਤੋਂ ਦੁਖੀ ਹੋ ਕੇ ਕੋਈ ਗੱਲ ਕਹਿੰਦਾ ਉਹ ਫਿਰ ਪਿੱਟਣ ਲੱਗ ਜਾਂਦੇ ਆ ਬਈ ਜੀ ਸਾਡੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਦੇ ਖਿਲਾਫ਼ ਅਸੀਂ ਕੋਈ ਗੱਲ ਨਹੀਂ ਬਰਦਾਸ਼ਤ ਕਰਾਂਗੇ, ਅਸੀਂ ਚੱਕ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਬੜਾ ਕੁਛ ਉਹ ਬੋਲਦੇ। ਹੁਣ ਇੱਕ ਹੱਦ ਤੱਕ ਤਾਂ ਬੰਦਾ ਬਰਦਾਸ਼ਤ ਕਰ ਲੈਂਦਾ, ਪਹਿਲਾਂ ਦੁਨੀਆਂ ਕਰਦੀ ਰਹੀ ਇਹ ਗੱਲ ਵੀ ਚਲੋ ਛੱਡੋ ਪਰਾ ਕੀ ਇਹਨਾਂ ਨਾਲ ਮਗਜ਼ ਮਾਰਨਾ, ਪਰ ਹੁਣ ਹਾਲਾਤ ਉਹ ਨਹੀਂ ਰਹੇ। ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਇਸ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਮੈਂ ਕੱਲ ਤੋਂ ਦੇਖ ਰਿਹਾ ਲੱਖਾਂ ਲੋਕਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਉਹ ਗੱਲਾਂ ਉਹ ਲਿਖਤਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਐਲਾਨੀਆ ਤੌਰ ਤੇ ਕਹੀ ਆ ਕਿ ਇਹ ਸੰਵਿਧਾਨ ਮੈਂ ਨਹੀਂ ਬਣਾਇਆ, ਇਹ ਸੰਵਿਧਾਨ ਮੈਂ ਲਿਖਿਆ ਜ਼ਰੂਰ ਆ ਪਰ ਮੇਰੇ ਤੋਂ ਲਿਖਵਾਇਆ ਗਿਆ ਤੇ ਮੇਰੀ ਇੱਛਾ ਤੋਂ ਉਲਟ ਵੀ ਬੜਾ ਕੁਛ ਇਹਦੇ ਵਿੱਚ ਹੈ। ਉਲਟਾ ਉਹਨੇ ਇਹ ਗੱਲ ਵੀ ਕਹੀ ਕਿ ਜਿਹੜੀ ਬਹੁ ਗਿਣਤੀ ਆ ਇਸ ਮੁਲਕ ਦੀ ਉਹ ਆਪਦੀਆਂ ਕਰਤੂਤਾਂ ਮੇਰੇ ਸਿਰ ਮੜਨਾ ਚਾਹੁੰਦੀ ਆ। ਉਹਨੇ ਇਹ ਵੀ ਗੱਲ ਕਹੀ ਕਿ ਮੈਂ ਇਹਨੂੰ ਅੱਗ ਲਾ ਕੇ ਸਾੜਨ ਵਾਲਾ ਪਹਿਲਾ ਵਿਅਕਤੀ ਹੋਣਾ। ਹੁਣ ਇਹ ਗੱਲ ਜਦੋਂ ਅਸੀਂ ਅੱਜ ਛੇੜ ਰਹੇ ਹਾਂ ਤਾਂ ਮੈਂ ਖੁਦ ਕਹਿੰਦਾ ਕਿ ਅਸੀਂ ਵੀ ਕਿਸੇ ਵੇਲੇ, ਹਾਲਾਂਕਿ ਕਿਤਾਬਾਂ ਪੜ੍ਹਨ ਲਿਖਣ ਦਾ ਸ਼ੌਂਕ ਹੋਣ ਕਰਕੇ ਇਹ ਗੱਲਾਂ ਸਾਨੂੰ ਪਹਿਲਾਂ ਵੀ ਪਤਾ ਸੀ। ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਮੇਰੇ ਖਿਆਲ ਚ 25 ਕੁ ਕਿਤਾਬਾਂ ਨੇ ਜਿਹੜੀਆਂ ਕਿ ਸਰਕਾਰੀ ਤੌਰ ਤੇ ਛਾਪੀਆਂ ਜਾਂਦੀਆਂ। ਮੈਂ ਉਹ 25-26 ਕਿਤਾਬਾਂ ਦਾ ਸੈੱਟ ਲਿਆ ਕੇ ਪੂਰਾ ਪੜ੍ਹਿਆ ਤੇ ਮੈਨੂੰ ਇਉਂ ਲੱਗਿਆ ਕਰੇ ਕਿ ਡਾਕਟਰ ਭੀਮ ਰਾਓ ਅੰਬੇਦਕਰ ਜਿਹੜਾ ਇਹਨਾਂ ਲਿਖਤਾਂ ਰਾਹੀਂ ਪ੍ਰਗਟ ਹੁੰਦਾ ਉਹ ਬਿਲਕੁਲ ਹੋਰ ਆ, ਤੇ ਜਿਹੜਾ ਕੁਝ ਭਾਰਤੀ ਹਕੂਮਤੀ ਸਿਸਟਮ ਨੇ ਲੋਕਾਂ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਕਸ ਬਣਾਇਆ ਹੋਇਆ ਉਹ ਬਿਲਕੁਲ ਹੋਰ। ਸੋ ਡਾਕਟਰ ਭੀਮ ਰਾਓ ਅੰਬੇਦਕਰ ਜਿਹੜੇ ਸੀ ਉਹ ਤਾਂ ਇਸ ਹਿੰਦੂਇਜ਼ਮ ਦੇ ਇੰਨੇ ਸਤਾਏ ਹੋਏ ਸੀਗੇ, ਉਹਨਾਂ ਦੀ ਜੀਵਨੀ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੀ ਆ ਵੀ ਕੀ ਕੁਛ ਉਹਨਾਂ ਨੇ ਭੋਗਿਆ, ਤੇ ਉਹਨਾਂ ਨੇ ਜਿਹੜਾ ਸੀ ਡਾਕਟਰ ਗਾਂਧੀ ਦੇ ਆਪਣੇ ਮਹਾਤਮਾ ਗਾਂਧੀ ਜਿਹਨੂੰ ਇਹ ਕਹਿੰਦੇ ਆ ਉਸ ਗਾਂਧੀ ਦੇ ਖਿਲਾਫ਼ ਵੀ ਪੂਰਾ ਸਟੈਂਡ ਲੈ ਕੇ ਰੱਖਿਆ, ਆਪਦੇ ਦਲਿਤ ਭਾਈਚਾਰੇ ਦੇ ਹੱਕਾਂ ਹਿੱਤਾਂ ਦੀ ਲੜਾਈ ਵੀ ਲੜੀ। ਕਈ ਫੈਸਲੇ ਉਹਨਾਂ ਦੇ ਅੱਜ ਸਾਨੂੰ ਠੀਕ ਲੱਗਦੇ ਆ, ਕਈ ਫੈਸਲੇ ਅੱਜ ਸਾਨੂੰ ਅਸਹਿਮਤੀ ਵੀ ਉਹਨਾਂ ਤੇ ਆਉਂਦੀ ਆ ਵੀ ਜੋ ਐ ਨੀ ਐ ਕਰਦੇ। ਅੱਜ ਸਾਨੂੰ ਇਸ ਗੱਲ ਤੇ ਹੈ ਕਿ ਜੇ ਕਿਤੇ ਉਹ ਸਿੱਖ ਸੱਜ ਜਾਂਦੇ, ਹਾਲਾਂਕਿ ਬੰਬੇ ਦੇ ਵਿੱਚ ਖਾਲਸਾ ਕਾਲਜ ਬਣਾਉਣ ਦੀ ਗੱਲ ਵੀ ਹੋਈ, ਹੋਰ ਬੜੀਆਂ ਵੱਡੀਆਂ ਗੱਲਾਂ ਨੇ ਕਿ ਪਟਿਆਲਾ ਘਰਾਣੇ ਦੇ ਨਾਲ ਰਿਸ਼ਤਾ ਜੋੜਿਆ ਜਾਵੇ, ਪਰ ਚਲੋ ਉਹ ਤਾਂ ਹੁਣ ਬੀਤ ਗਿਆ। ਪਰ ਦਲਿਤ ਭਾਈਚਾਰੇ ਨੂੰ ਇੰਨੇ 70-80 ਸਾਲਾਂ ਵਿੱਚ ਸਮਝ ਆ ਗਈ ਹੋਣੀ ਆ ਕਿ ਅਸਲ ਵਿੱਚ ਜਿਹੜਾ ਸੀਗਾ ਡਾਕਟਰ ਭੀਮ ਰਾਓ ਅੰਬੇਦਕਰ ਜੇ ਉਹ ਸਿੱਖ ਧਰਮ ਵੱਲ ਨਹੀਂ ਆ ਸਕੇ, ਚਲੋ ਜਿਹੜੇ ਵੀ ਮਰਜ਼ੀ ਹਾਲਾਤ ਰਹੇ ਹੋਣ, ਇਹਦੇ ਉੱਤੇ ਵੀ ਪੂਰੀ ਇਸ ਵੇਲੇ ਡਿਬੇਟ ਡਿਸਕਸ਼ਨ ਚਰਚਾ ਮਗੀ ਰਹਿੰਦੀ ਆ। ਬਹੁਤ ਸਾਰੇ ਲੋਕ ਸਹਿਮਤ ਨੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਾਰੇ ਇਸ ਗੱਲ ਨਾਲ ਕਿ ਉਹ ਮਾਸਟਰ ਤਾਰਾ ਸਿੰਘ ਹੋਣਾ ਦੇ ਜਾਂ ਉਸ ਵੇਲੇ ਦੇ ਅਕਾਲੀ ਆਗੂਆਂ ਦੇ ਕਰਕੇ ਸਿੱਖ ਨਹੀਂ ਸੱਜ ਸਕੇ। ਦੂਜੇ ਪਾਸੇ ਇਸ ਗੱਲ ਨੂੰ ਕੱਟਣ ਵਾਲੀਆਂ ਇਸ ਗੱਲ ਦੇ ਉਲਟ ਵੀ ਬਹੁਤ ਸਾਰੀਆਂ ਲਿਖਤਾਂ ਆ ਚੁੱਕੀਆਂ ਨੇ, ਹਾਲਾਂਕਿ ਸਰਦਾਰ ਕਪੂਰ ਸਿੰਘ ਜੀ ਦੀ ਸਾਚੀ ਸਾਖੀ ਦੀਆਂ ਜਿਹੜੀਆਂ ਲਾਈਨਾਂ ਨੇ ਨਾ ਇਉਂ 6 ਕਰੋੜ ਰੰਗਰੇਟੇ ਗੁਰ ਕੇ ਬੇਟੇ ਗੁਰੂ ਕੇ ਦਰ ਤੇ ਆਏ ਇਉਂ ਪਰਤਾ ਦਿੱਤੇ ਗਏ ਜਿਵੇਂ ਕਿਸੇ ਵੇਲੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਕਾਗਜ ਪੁਜਾਰੀਆਂ ਨੇ 9ਵੇਂ ਪਾਤਸ਼ਾਹ ਨੂੰ ਨਹੀਂ ਸੀ ਵੜਨ ਦਿੱਤਾ। ਇਹ ਜਿਹੜੇ ਭਾਵਕ ਸ਼ਬਦ ਨੇ ਇਹ ਬਹੁਤ
ਪ੍ਰਚਲਿਤ ਨੇ, ਅਸੀਂ ਵੀ ਇਹਨਾਂ ਸ਼ਬਦਾਂ ਨੂੰ ਵਰਤਦੇ ਰਹੇ ਹਾਂ, ਪਰ ਹੁਣ ਬਹੁਤ ਸਾਰੇ ਲਿਖਾਰੀਆਂ ਨੇ, ਵਿਦਵਾਨਾਂ ਨੇ, ਖੋਜੀਆਂ ਨੇ ਇਹ ਗੱਲ ਨੰਗੀ ਕਰ ਦਿੱਤੀ ਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਹੋਰ ਭਾਈਚਾਰੇ ਦੇ ਲੋਕਾਂ ਦਾ ਸਿੱਖ ਸਜਣ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਇਸ ਤਰੀਕੇ ਨਾਲ ਵੀ ਨਹੀਂ ਸੀ ਸਿੱਧਾ ਸਿੱਧਾ ਜਾ ਕੇ ਜੀ ਉਹ ਫਸਟ ਤਾਰਾ ਸਿੰਘ ਹੋਣਾ ਨੇ ਜਾਂ ਅਕਾਲੀ ਲੀਡਰਾਂ ਨੇ, ਉਹਦੇ ਚ ਕਈ ਹੋਰ ਕਾਰਨ ਸੀਗੇ ਤੇ ਉਹਨਾਂ ਕਾਰਨਾਂ ਨੂੰ ਧਿਆਨ ਚ ਰੱਖ ਕੇ ਜੇ ਫੈਸਲਾ ਕਰੀਏ ਤਾਂ ਮਾਸਟਰ ਤਾਰਾ ਸਿੰਘ ਜਾਂ ਅਕਾਲੀ ਲੀਡਰਸ਼ਿਪ ਦਾ ਕਸੂਰ ਏਡਾ ਵੱਡਾ ਨਹੀਂ ਹੈ। ਖੈਰ ਇਹ ਡਿਬੇਟ ਜਿਹੜੀ ਹੈਗੀ ਆ ਉਹ ਚੱਲਦੀ ਰਹਿਣੀ ਆ, ਕਿਸੇ ਨੂੰ ਲੱਗਣਾ ਕਿ ਅਕਾਲੀ ਲੀਡਰਸ਼ਿਪ ਬੜੀ ਵੱਡੀ ਗੁਨਾਹਗਾਰ ਆ, ਸਾਚੀ ਸਾਖੀ ਵਾਲੀ ਗੱਲ ਸੱਚੀ ਆ, ਕਿਸੇ ਨੂੰ ਲੱਗਣਾ ਕਿ ਨਹੀਂ ਇੰਨਾ ਕਸੂਰ ਨਹੀਂ, ਪਰ ਚਲੋ ਜਿਹੜਾ ਬੀਤ ਗਿਆ ਉਹਦੇ ਉੱਤੇ ਤਾਂ ਆਪਾਂ ਹੁਣ ਬਹੁਤਾ ਜ਼ਿਆਦਾ ਕਿੰਨਾ ਕਿੱਧਰ ਨੂੰ ਮਰਜ਼ੀ ਗੱਲਾਂ ਬੰਦਾ ਕਰ ਸਕਦਾ। ਪ੍ਰੈਜੈਂਟ ਟੈਂਸ ਤੇ ਜੇ ਆਈਏ ਤਾਂ ਅੱਜ ਦੀ ਤਰੀਕ ਵਿੱਚ ਜਿਹੜੇ ਲੋਕ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਪਿਆਰ ਕਰਦੇ ਆ ਉਹ ਇਹ ਤਾਂ ਗੱਲ ਮੰਨ ਨਹੀਂ ਸਕਦੇ ਆ ਨਾ ਕਿ ਵਾਕਿਆ ਹੀ ਇਹ ਸੰਵਿਧਾਨ ਜਿਹੜਾ ਇਹ ਨਾ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਪ੍ਰਵਾਨ ਸੀ ਤੇ ਨਾ ਸਾਨੂੰ ਉਸ ਤਰੀਕੇ ਨਾਲ, ਪਰ ਚਲੋ ਅਸੀਂ ਇਹ ਸੰਵਿਧਾਨ ਦੇ ਹੁੰਦਿਆਂ ਬਹੁਤ ਸਾਰੇ ਸਾਨੂੰ ਲਾਹੇ ਮਿਲੇ ਤੇ ਉਹਨਾਂ ਲਾਹਿਆਂ ਤੋਂ ਅਸੀਂ ਜਿਹੜਾ ਸਬਕ ਸਿੱਖਿਆ ਉਹ ਇਹ ਆ ਕਿ ਹਿੰਦੂਇਜ਼ਮ ਜਿਹੜਾ ਹੈ ਉਹਦੇ ਆਕੜ ਜਾਲ ਚੋਂ ਨਿਕਲੇ ਬਗੈਰ ਸਾਡਾ ਗੁਜ਼ਾਰਾ ਨਹੀਂ, ਤੇ ਸਭ ਤੋਂ ਸਾਡੇ ਜਿਹੜਾ ਨੇੜਲਾ ਧਰਮ ਆ ਜਿਹਦੇ ਚ ਸਾਡੀ ਮੁਕਤੀ ਦੇ ਕੋਈ ਆਸਾਰ ਹੈ ਉਹ ਕੱਲਾ ਸਿੱਖਇਜ਼ਮ ਆ, ਸਿੱਖ ਫਲਸਫਾ, ਸਿੱਖ ਧਰਮ ਹੈ। ਜਿਹੜਾ ਬੋਧੀ ਮਤ ਅਪਣਾਇਆ ਉਸ ਮੌਕੇ ਬੋਧੀ ਮਤ ਅਪਣਾ ਲਿਆ ਸੀ ਡਾਕਟਰ ਅੰਬੇਦਕਰ ਤੇ ਉਹਨਾਂ ਦੇ ਸਮਰਥਕਾਂ ਨੇ, ਹੁਣ ਜਿਹੜੇ ਲੋਕ ਇਸ ਮੌਕੇ ਸਰਦਾਰ ਕਪੂਰ ਸਿੰਘ ਵਾਲੇ ਸ਼ਬਦਾਂ ਨੂੰ ਕੱਟਦੇ ਆ ਉਹ ਕਹਿੰਦੇ ਆ ਵੀ 6 ਕਰੋੜ ਵਾਲੀ ਗੱਲ ਤਾਂ ਬਾਹਲੀ ਵੱਡੀ ਬਣਾ ਦੀ, 6 ਕਰੋੜ ਦੀ ਤਾਂ ਗੱਲ ਐਵੇਂ ਗਪਾਉਣਾ, ਅਸਲ ਵਿੱਚ ਤਾਂ ਜੇਕਰ ਪੂਰਾ ਜ਼ੋਰ ਲਾ ਕੇ ਦੇਖਿਆ ਜਾਵੇ ਤਾਂ 15-20 ਹਜ਼ਾਰ ਤੋਂ ਵੱਧ ਬੰਦੇ ਬੋਧੀ ਨਹੀਂ ਬਣੇ ਡਾਕਟਰ ਅੰਬੇਦਕਰ ਸਾਹਿਬ ਦੇ ਨਾਲ। ਹੁਣ ਇਹ ਗੱਲ ਜਿਹੜੀ ਹੈਗੀ ਆ ਅੱਜ ਤੋਂ 40-50 ਸਾਲ ਪਹਿਲਾਂ ਕਹੀ ਜਾਂਦੀ ਤਾਂ ਸ਼ਾਇਦ ਬੜਾ ਅਜੀਬ ਜਿਹਾ ਲੱਗਦਾ, ਪਰ ਅੱਜ ਦੇ ਜ਼ਮਾਨੇ ਵਿੱਚ ਲੋਕ ਤੱਥ ਲਿਆ ਕੇ ਸਾਹਮਣੇ ਰੱਖ ਰਹੇ ਨੇ, ਸਬੂਤ ਦੇ ਰਹੇ ਨੇ। ਉਹ ਕਹਿੰਦੇ ਆ ਵੀ ਇਹ ਗੱਲ ਹੈਗੀ ਆ ਕਿ ਡਾਕਟਰ ਸਾਹਿਬ ਦੇ ਨਾਲ ਬਹੁਤ ਸਾਰਾ ਦਲਿਤ ਭਾਈਚਾਰਾ ਸੀ ਪਰ ਸਾਰਾ ਭਾਰਤ ਦਾ ਦਲਿਤ ਭਾਈਚਾਰਾ ਨਹੀਂ ਸੀ। ਅੱਛਾ ਅਗਲੀ ਗੱਲ ਹੋਰ ਆ, ਸਾਡੇ ਪੰਜਾਬ ਦੇ ਵਿੱਚ ਅੱਡ ਅੱਡ ਖਿੱਤਿਆਂ ਦੇ ਵਿੱਚ ਦਲਿਤ ਭਾਈਚਾਰੇ ਦੇ ਅੱਡ ਅੱਡ ਤਰ੍ਹਾਂ ਦੇ ਵਿਚਾਰ ਹੈਗੇ ਆ। ਜਿਹੜਾ ਦੁਆਬੇ ਦਾ ਦਲਿਤ ਵਾ ਉਹ ਜਿਹੜਾ ਹੈਗਾ ਹੋਰ ਤਰੀਕੇ ਨਾਲ ਚੱਲਦਾ, ਜਿਹੜਾ ਸਾਡਾ ਮਾਲਵੇ ਦਾ ਦਲਿਤ ਭਾਈਚਾਰਾ ਉਹ ਸਿੱਖਇਜ਼ਮ ਦੇ ਬਹੁਤ ਜ਼ਿਆਦਾ ਨੇੜੇ ਆ। ਅਸੀਂ ਸਾਰੇ ਦੇ ਸਾਰੇ ਦਲਿਤ ਭਾਈਚਾਰੇ ਦੇ ਜਿੰਨੇ ਦਿਨ ਤਿਉਹਾਰ ਆ ਉਹ ਸਾਰੇ ਸਿੱਖ ਪਰੰਪਰਾਵਾਂ ਅਨੁਸਾਰ ਮਨਾਏ ਜਾਂਦੇ ਨੇ। ਅਸੀਂ ਉੱਥੇ ਕਦੇ ਨਹੀਂ ਦੇਖੇ ਰਵਿਦਾਸ ਮੰਦਿਰ ਬਣਦੇ ਦੇਖੇ, ਇਹ ਦੁਆਬੇ ਦਾ ਕਲਚਰ ਆ ਮੰਦਿਰ ਬਣਾਉਣਾ, ਸਾਡੇ ਗੁਰਦੁਆਰਾ ਸਾਹਿਬਾਨ ਬਣੇ, ਜਾਂ ਤਾਂ ਸਿੰਘ ਸਭਾ ਲਹਿਰ ਦਾ ਅਸਰ ਹੋਇਆ ਤੇ ਉਸ ਜਿਹੜੇ ਗੁਰਦੁਆਰੇ ਇਸ ਭਾਈਚਾਰੇ ਦੇ ਲੋਕਾਂ ਨੇ ਬਣਾਏ ਉਹਨਾਂ ਨੂੰ ਸਿੰਘ ਸਭਾ ਬਣਾਇਆ ਗਿਆ, ਗੁਰਦੁਆਰਾ ਸਿੰਘ ਸਭਾ ਦੇ ਉੱਥੇ ਫਿਰ ਸਾਰੀ ਜਿਹੜੀ ਰਵਾਇਤ ਆ ਉੱਥੇ ਕੋਈ ਭਗਤ ਰਵਿਦਾਸ ਜੀ ਨੂੰ ਗੁਰੂ ਰਵਿਦਾਸ ਨਹੀਂ ਕਹਿੰਦੇ, ਉਹ ਉੱਥੇ ਕੋਈ ਜੋ ਬੋਲੇ ਸੁੰਦਰ ਭੈ ਵਾਲਾ ਨਾਰਾ ਵੀ ਨਹੀਂ ਲਾਉਂਦੇ, ਉਹ ਉੱਥੇ ਸਿੱਖ ਰਵਾਇਤ ਅਨੁਸਾਰ ਚੱਲਦੇ ਆ ਤੇ ਕਦੇ ਵੀ ਕੋਈ ਇਹੋ ਜਿਹੀ ਗੱਲ ਜਿਵੇਂ ਮੂਰਤੀ ਪੂਜਾ ਬਈ ਭਗਤ ਰਵਿਦਾਸ ਜੀ ਦਾ ਪੱਥਰ ਦਾ ਬੁੱਤ ਬਣਾ ਕੇ ਉਹਨੂੰ ਮੱਥੇ ਟੇਕਣੇ ਇਹੋ ਜਿਹੀ ਗੱਲ ਵੀ ਨਹੀਂ ਕਰਦੇ। ਉਹ ਸਾਰੇ ਦੇ ਸਾਰੇ ਉੱਥੇ ਜਦੋਂ ਦਿਹਾੜਾ ਮਨਾਉਂਦੇ ਆ ਜਿਵੇਂ ਹੁਣ ਅਗਲੇ ਮਹੀਨੇ ਵੀ ਆ ਰਿਹਾ ਤਾਂ ਉਹ ਅਖੰਡ ਪਾਠ ਰੱਖ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰਦੇ ਆ ਤੇ ਫਿਰ ਉਪਰੰਤ ਨਗਰ ਕੀਰਤਨ ਸਿੱਖ ਰਵਾਇਤ ਅਨੁਸਾਰ ਹੁੰਦਾ, ਉਵੇਂ ਪੰਜ ਪਿਆਰੇ ਉਵੇਂ ਲੰਗਰ ਦੀ ਮਰਿਆਦਾ, ਉਹ ਸਾਰਾ ਕੁਛ ਜਿਹੜਾ ਹੈ ਉਹ ਸਿੱਖ ਫਲਸਫੇ ਦੇ ਅਨੁਸਾਰ ਚੱਲਦਾ। ਸੋ ਦੁਆਬੇ ਦਾ ਦਲਿਤ ਤੇ ਮਾਲਵੇ ਦੇ ਦਲਿਤ ਦਾ ਫਰਕ ਆ ਤੇ ਜਿਹੜਾ ਮਾਝੇ ਦਾ ਦਲਿਤ ਆ ਇਹ ਬਿਲਕੁਲ ਹੀ ਹੋਰ ਸਿਸਟਮ ਤੇ ਚੱਲ ਰਿਹਾ। ਇਸ ਸਾਰੇ ਕਾਸੇ ਦੇ ਵੱਲ ਧਿਆਨ ਦੇਣ ਤੋਂ ਆਪਾਂ ਭੱਜਦੇ ਹਾਂ, ਬਚਦੇ ਹਾਂ, ਲੁਕਦੇ ਹਾਂ, ਕਿਉਂਕਿ ਜਾਤ ਪਾਤ ਦੇ ਮੁੱਦੇ ਉੱਤੇ ਪਹਿਲਾਂ ਹੀ ਬੜੀਆਂ ਗੱਲਾਂ ਚੱਲਦੀਆਂ ਨੇ, ਪਰ ਆਪਾਂ ਨੂੰ ਹੁਣ ਇਹ ਗੱਲ ਮੰਨਣੀ ਪਊਗੀ ਕਿ ਦੌਰ ਉਹ ਆ ਚੁੱਕਿਆ ਜਦੋਂ ਸਾਨੂੰ ਇਹ ਝਿਜਕ ਮੁਕਾਉਣੀ ਪਊਗੀ, ਸਾਨੂੰ ਦਲਿਤ ਭਾਈਚਾਰੇ ਦੇ ਉਹਨਾਂ ਸਾਰੇ ਕਾਰਨਾਂ ਵੱਲ ਧਿਆਨ ਦੇਣਾ ਪਊਗਾ ਜਿਹਦਾ ਓਟ ਆਸਰਾ ਲੈ ਕੇ ਸਿੱਖੀ ਦੇ ਦੁਸ਼ਮਣ ਦਲਿਤ ਭਾਈਚਾਰੇ ਨੂੰ ਉਕਸਾਉਂਦੇ ਆ ਕਿ ਤੁਸੀਂ ਸਿੱਖੀ ਵੱਲ ਨਾ ਜਾਇਓ, ਸਿੱਖੀ ਬੜੇ ਸਿੱਖ ਬੜੇ ਮਾੜੇ ਆ, ਸਿੱਖੀ ਨੂੰ ਤਾਂ ਮਾੜਾ ਕਹਿਣਾ ਮੁਸ਼ਕਲ ਉਹਨਾਂ ਲਈ, ਉੱਪਰ ਸਿੱਖਾਂ ਦੇ ਕੁਛ ਨੁਕਸ ਜੇ ਗਿਣਾ ਕੇ ਬਹਿ ਜਾਂਦੇ ਆ ਕਿ ਜੀ ਬੜਾ ਗਲਤ ਹੋ ਗਿਆ। ਸੋ ਜਿਹੜੀ ਗੜਬੜ ਡਾਕਟਰ ਭੀਮ ਰਾਓ ਅੰਬੇਦਕਰ ਮੌਕੇ ਹੋ ਚੁੱਕੀ ਹੈ ਕਿ ਦਲਿਤ ਭਾਈਚਾਰਾ ਸਿੱਖ ਨਹੀਂ ਸਮਝ ਸਕਿਆ,
ਅੱਜ ਤਾਂ ਸਾਨੂੰ ਮੰਨ ਲੈਣਾ ਚਾਹੀਦਾ ਨਾ, ਅੱਜ ਤਾਂ ਦੋਨਾਂ ਪੱਖਾਂ ਦੇ ਵੱਲੋਂ ਉਪਰਾਲੇ ਹੋਣੇ ਚਾਹੀਦੇ। ਕਿਵੇਂ ਹੋਣੇ ਚਾਹੀਦੇ ਆ? ਦਲਿਤ ਭਾਈਚਾਰੇ ਦੇ ਵਾਸਤੇ ਸਿੱਖ ਫਲਸਫੇ ਦੇ ਮਾਹਿਰ ਲੋਕਾਂ ਨੂੰ ਜਾਣਾ ਪਊਗਾ, ਇਹ ਗੱਲ ਉਹਨਾਂ ਤੱਕ ਪਹੁੰਚਾਉਣੀ ਪਊਗੀ ਕਿ ਸਭ ਤੋਂ ਵਧੀਆ, ਸਭ ਤੋਂ ਸ਼ਾਨਦਾਰ ਗੱਲ ਜਿਹੜੀ ਹੈ ਉਹ ਤੁਹਾਨੂੰ ਇੱਥੇ ਹੀ ਮਿਲਣੀ ਹੈ। ਆਓ ਅਸੀਂ ਤੁਹਾਨੂੰ ਇਤਿਹਾਸਕ ਤੌਰ ਤੇ ਦੱਸ ਦਿੰਦੇ ਹਾਂ ਕਿ ਕਿਵੇਂ ਪਹਿਲੀ ਪਾਤਸ਼ਾਹੀ ਨੇ ਠੋਕ ਵਜਾ ਕੇ ਕਿਹਾ ਸੀ ਕਿ ਜਿਨ ਕੀ ਮਾਫ਼ ਕਰਨਾ, ਨੀਚਾ ਅੰਦਰ ਨੀਚ ਜਾਤ, ਨੀਚੀ ਨੂੰ ਅੱਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆ ਸੋ ਮੈਂ ਵੱਡਿਆ ਤੋਂ ਕੀ ਲੈਣ, ਵੱਡਿਆ ਸਿਉਂ ਕਿਆ ਰੀਸ। ਇਵੇਂ ਹੀ ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਕਿ ਜਿਨ ਕੀ ਜਾਤ ਵਰਣ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ। ਹੁਣ ਸਾਡੇ ਸਿਸਟਮ ਚ ਗੜਬੜਾ ਜ਼ਰੂਰ ਨੇ, ਮੈਂ ਅੱਗੇ ਵੀ ਕਈ ਵਾਰੀ ਕਿਹਾ, ਅੱਜ ਫੇਰ ਇਹ ਗੱਲ ਨੂੰ ਕਹਿੰਦੇ ਹਾਂ, ਅੱਜ ਜਿਵੇਂ 26 ਜਨਵਰੀ ਕਰਕੇ ਡਾਕਟਰ ਅੰਬੇਦਕਰ ਜੀ ਦਾ ਨਾਂ ਉਹਰੇ ਕਰਕੇ ਦਲਿਤ ਭਾਈਚਾਰੇ ਨੂੰ ਹਿੰਦੂ ਫਲਸਫੇ ਵਾਲੇ, ਹਿੰਦੂ ਤਵਾ ਵਾਲੇ ਪ੍ਰਚਾਰ ਰਹੇ ਆ, ਪੁਚਕਾਰ ਰਹੇ ਆ ਕਿ ਆਓ ਜੀ ਇੱਥੇ ਬਸ ਸਿੱਖ ਸਿੱਖੀ ਨੂੰ ਛੱਡੋ, ਤੁਸੀਂ ਬੋਧੀ ਪੁਣੇ ਨੂੰ ਛੱਡੋ, ਆਓ ਤੁਸੀਂ ਹਿੰਦੂ ਧਰਮ ਦੇ ਵਿੱਚ। ਥਾਂ ਥਾਂ ਦੇ ਉੱਤੇ ਲੈ ਕੇ ਲਾਇਆ ਹੋਇਆ ਵੀ ਸੰਨਿਆਸੀਆਂ ਦੇ ਮੰਦਿਰ ਦੇ ਵਿੱਚ ਦਲਿਤਾਂ ਦਾ ਵੜਨਾ ਮਨਾ ਆ। ਅੱਜ ਵੀ ਥਾਂ ਥਾਂ ਦੇ ਉੱਤੇ ਸਾਰੇ ਭਾਰਤ ਵਿੱਚ ਜ਼ੁਲਮ ਹੁੰਦਾ, ਤੇ ਉਹ ਸੰਵਿਧਾਨ ਬਣਾਉਣ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਖੁਦ ਦੀ ਕਦੇ ਤੁਸੀਂ ਉਸ ਤਰੀਕੇ ਨਾਲ ਸ਼ਾਨ ਨਹੀਂ ਬਣ ਦਿੱਤੀ ਜਿਵੇਂ ਕਿਸੇ ਮੁਲਕ ਚ ਬਣਨੀ ਚਾਹੀਦੀ ਹੁੰਦੀ ਆ। ਉਹਦੇ ਬਨਿਸਬਤ ਹੋਰ ਜਿਹੜੇ ਨਵੇਂ ਨਵੇਂ ਚਿਹਰੇ ਉਹ ਉਭਾਰੇ ਜਾ ਰਹੇ ਆ। ਹੁਣ ਸਾਵਰਕਰ ਬਾਰੇ ਸਭ ਨੂੰ ਪਤਾ ਵੀ ਉਹ ਡਾਕਟਰ ਭੀਮ ਰਾਓ ਅੰਬੇਦਕਰ ਦੇ ਮੁਕਾਬਲੇ ਕੱਖ ਨਹੀਂ ਹੈਗਾ, ਪਰ ਭੀਮ ਰਾਓ ਅੰਬੇਦਕਰ ਦੀ ਬਜਾਏ ਸਾਵਰਕਰ ਦੇ ਬਾਹਲੇ ਗੋਗੇ ਗਾਈ ਜਾਂਦੇ। ਤੋ ਅਸੀਂ ਇਹ ਸਮਝਦੇ ਹਾਂ ਕਿ ਦਲਿਤ ਭਾਈਚਾਰੇ ਨੂੰ ਇਹ ਗੱਲ ਦੱਸਣੀ, ਸਮਝਾਉਣੀ, ਮਨਾਉਣੀ ਬੜੀ ਜ਼ਰੂਰੀ ਜ਼ਿੰਮੇਵਾਰੀ ਆ ਸਾਡੀ ਕਿ ਭਾਈ ਸਿੱਖੀ ਵੱਲ ਆਓ, ਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਵੀ ਇਹ ਮੰਨਣਾ ਪਊਗਾ, ਇਹ ਸਮਝਣਾ ਪਊਗਾ ਕਿ ਬੋਧੀ ਬਣ ਕੇ ਦੇਖ ਲਿਆ, ਈਸਾਈ ਬਣ ਕੇ ਦੇਖ ਲਿਆ, ਜਾਂ ਹੋਰ ਸਿਰਾ ਸਾਰਾ ਕੁਛ ਮਰਜ਼ੀ ਬਣ ਕੇ ਦੇਖ ਲਓ, ਸਭ ਤੋਂ ਵੱਧ ਤਸੱਲੀ ਤੁਹਾਡੀ ਜਿਹੜੀ ਕੋਈ ਧਰਮ ਫਲਸਫਾ ਲੋਕ ਕਰਵਾ ਸਕਦੇ ਆ ਉਹ ਸਿੱਖ। ਜਦੋਂ ਕਿਸੇ ਦਲਿਤ ਭਾਈਚਾਰੇ ਨੂੰ ਉਹਦੀ ਜਾਤ ਕਰਕੇ ਉਹਦੀ ਇਨਸਲਟ ਕੀਤੀ ਜਾਂਦੀ ਆ, ਉਹਨੂੰ ਜਲੀਲ ਕੀਤਾ ਜਾਂਦਾ, ਉਹਨੂੰ ਟਾਰਗੇਟ ਕੀਤਾ ਜਾਂਦਾ ਹੈ, ਜੇਕਰ ਉਹ ਹਿੰਦੂਆਂ ਵੱਲੋਂ ਹਿੰਦੂ ਫਲਸਫੇ ਦੇ ਮਾਹਿਰ ਜਿਹੜੇ ਧਾਰਨੀ ਲੋਕ ਆ ਉਹਨਾਂ ਤੋਂ ਹੋ ਜਾਵੇ, ਫਿਰ ਉੱਥੇ ਸਾਰੇ ਕਹਿੰਦੇ ਆ ਵੀ ਤਾਂ ਜੀ ਹੁਣ ਹਿੰਦੂ ਮਰਿਆਦਾ ਵਾ ਤੁਹਾਡੀ, ਤੁਸੀਂ ਹੈ ਸ਼ੂਦਰ ਹੋ, ਤੁਹਾਡੇ ਆਹ ਦੇਖੋ ਲਿਖਿਆ ਹੋਇਆ ਗ੍ਰੰਥਾਂ ਦੇ ਵਿੱਚ, ਤੂੰ ਇਹ ਕਿਹੜੀ ਗੱਲ, ਕਿਹੜੇ ਕਾਨੂੰਨ ਕਰਾਉਣ ਦੀਆਂ ਗੱਲਾਂ, ਚੱਲ ਠੀਕ ਹੈ ਚੁੱਪ ਕਰਕੇ ਬਹਿ ਜਾ, ਉੱਥੇ ਇਹ ਹੈ। ਪਰ ਸਿੱਖੀ ਚ ਇੱਦਾਂ ਨਹੀਂ, ਜੇਕਰ ਕੋਈ ਸਿੱਖ ਕਿਸੇ ਨਾਲ ਜਾਤ ਆਧਾਰਿਤ ਵਿਤਕਰਾ ਕਰ ਬੈਠੇ ਫਿਰ ਉਹਦੇ ਹੱਕ ਵਿੱਚ ਖੜਨਾ ਔਖਾ ਵਾ। ਸਿੱਖ ਧਰਮ ਇਸ ਗੱਲ ਦੇ ਖਿਲਾਫ ਆ ਤੇ ਉਸ ਬੰਦੇ ਨੂੰ ਜਿਹੜਾ ਕਹਾਵੇ ਸਿੱਖ ਤੇ ਜਾਤ ਆਧਾਰਿਤ ਵਿਤਕਰਾ ਕਰੇ, ਇਹ ਨਹੀਂ ਕਿ ਹੋ ਹੀ ਨਹੀਂ ਸਕਦਾ, ਹੁੰਦੇ ਆ ਬੰਦੇ, ਪਰ ਇੱਥੇ ਸਟੈਂਡ ਲੈਂਦਾ ਸਿੱਖ ਧਰਮ, ਹਰੇਕ ਸਿੱਖ। ਇੱਥੇ ਕੋਈ ਇਉਂ ਨਹੀਂ ਜਿਵੇਂ ਹਿੰਦੂ, ਜਿਹੜਾ ਹਿੰਦੂ ਕਹੂਗਾ ਜੀ ਫਿਰ ਕੀ ਹੋ ਗਿਆ ਜੇ ਸ਼ੂਦਰ ਨਾ ਹੈ ਤਾਂ, ਇੱਥੇ ਨਹੀਂ, ਇੱਥੇ ਕਹਿਣਗੇ ਉਹ ਵੀ ਉਹਦੇ ਨਾਲ ਕਿਵੇਂ ਤੂੰ ਕਰਨਾ। ਸੋ ਜਿਹੜਾ ਸਾਡੇ ਧਰਮ ਦਾ ਫਲਸਫਾ, ਇਹਨੂੰ ਅਸੀਂ ਜਦੋਂ ਪ੍ਰਚਾਰਨ ਤੋਂ ਭੱਜੇ ਹੋਏ ਹਾਂ ਤੇ ਇਹਨਾਂ ਗੱਲਾਂ ਤੋਂ ਅਸੀਂ ਦੜ ਵੱਟੀ ਬੈਠੇ ਹਾਂ, ਤੇ ਫਿਰ ਅਸੀਂ ਕਹਿੰਦੇ ਹਾਂ ਕਿ ਜੀ ਅੰਬੇਦਕਰ ਦਾ ਚਿਹਰਾ ਮੂਹਰਾ ਦਿਖਾ ਕੇ ਹਿੰਦੂ ਤਵਾ ਵਾਲੇ ਕਿਵੇਂ ਦਲਿਤਾਂ ਨੂੰ ਭਰਮਾਈ ਜਾਂਦੇ ਆ। ਅਸੀਂ ਇਹ ਗੱਲ ਨੂੰ ਮੰਨ ਲਈਏ ਕਿ ਆਪਾਂ ਉੱਥੇ ਕੀ ਖੜੇ ਹਾਂ ਜਿੱਥੇ ਮਾਸਟਰ ਤਾਰਾ ਸਿੰਘ ਵੇਲੇ ਆਪਣੀ ਅਵਸਥਾ ਖੜੀ ਸੀ, ਜਿਹੜਾ ਆਪਾਂ ਕਹਿੰਦੇ ਹਾਂ ਕਿ ਉਹ ਸਿੱਖ ਨਹੀਂ ਸਰ ਸਕੇ, ਤੇ ਅੱਜ ਫਿਰ ਆਪਾਂ ਕੀ ਕਰ ਰਹੇ ਹਾਂ। ਮੈਂ ਇਹ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਣਾ ਚਾਹੀਦਾ ਕਿ ਜਿੰਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਧਾਮ ਨੇ ਉੱਥੇ ਸਾਰਿਆਂ ਦੇ ਵਿੱਚ ਉਹਨਾਂ ਸਾਰਿਆਂ ਦੀ ਜਿਹੜੇ ਹੈਗੇ ਆ ਦਿਨ ਤਿਉਹਾਰ ਮਨਾਏ ਜਾਣਗੇ, ਜਿਹਨਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਵਾ, ਜਾਂ ਉਹ ਸਿੱਖ ਸ਼ਹੀਦ ਯੋਧੇ ਜਿਹੜੇ ਸਿੱਖ ਫਲਸਫੇ ਦੇ ਅਧੀਨ ਚੱਲਦੇ ਹੋਏ ਜਾਨਾਂ ਵਾਰ ਕੇ ਕੁਰਬਾਨੀਆਂ ਕਰ ਗਏ। ਜਦੋਂ ਆਪਾਂ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਉਹਨਾਂ ਦਾ ਦਿਹਾੜਾ ਮਨਾਵਾਂਗੇ, ਜਿਨ੍ਹਾਂ ਨੇ ਭਾਈ ਡੱਲੇ ਵਾਲੀ ਬੰਦੂਕ ਦੇ ਮੌਕੇ, ਪਰਖ ਮੌਕੇ ਜਿਨ੍ਹਾਂ ਦਾ ਇਤਿਹਾਸ ਆ, ਤਾਂ ਸਾਰਿਆਂ ਨੂੰ ਉਹਨਾਂ ਨੂੰ ਵਧੀਆ ਲੱਗੂਗਾ। ਇਵੇਂ ਹੀ ਭਗਤ ਕਬੀਰ ਜੀ ਦਾ, ਜਾਂ ਜਿਹੜਾ ਭਾਈ ਸਧਨਾ ਜੀ ਦਾ, ਜਾਂ ਹੋਰ ਸਾਰੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਆ, ਉਹਨਾਂ ਦੇ ਦਿਹਾੜ ਮਨਾਏ। ਹੁਣ ਜਿਵੇਂ ਭਗਤ ਰਵਿਦਾਸ ਜੀ ਦਾ ਆ ਰਿਹਾ, ਭਗਤ ਰਵਿਦਾਸ ਜੀ ਨੂੰ ਰਵਿਦਾਸੀਆ ਭਾਈਚਾਰੇ ਦੇ ਬਹੁਤ ਸਾਰੇ ਸੱਜਣ ਅੱਜ ਕੱਲ੍ਹ ਗੁਰੂ ਰਵਿਦਾਸ ਕਹਿ ਕੇ ਵੀ ਚੇਤੇ ਕਰਦੇ। ਸਾਡੇ ਲਈ ਉਹਨਾਂ ਦੀ ਮਾਨਸਿਕ ਤਸੱਲੀ ਕਰਾਉਣੀ ਅਤੇ ਨਾਲ ਦੀ ਨਾਲ ਸਾਡੇ ਸਿੱਖ ਫਲਸਫੇ ਦੀ
ਜਿਹੜੀ ਉੱਚਤਾ, ਸੁੱਚਤਾ, ਪਾਕੀਜ਼ਗੀ, ਪਵਿੱਤਰਤਾ, ਉਹਨੂੰ ਬਹਾਲ ਰੱਖਣਾ ਬੜਾ ਜ਼ਰੂਰੀ। ਸਾਡੀ ਕੌਮ ਦੇ ਵੱਡੇ ਮਾਹਿਰਾਂ ਨੂੰ, ਸਾਡੇ ਧਰਮ ਦੇ ਵੱਡੇ ਜਿਹੜੇ ਨਾਂ ਆ, ਜਿਨ੍ਹਾਂ ਦਾ ਦੁਨੀਆਂ ਦੇ ਵਿੱਚ ਸਤਿਕਾਰ ਆ, ਉਹਨਾਂ ਦਾ ਇਹ ਫਰਜ਼ ਬਣਦਾ ਕਿ ਉਹ ਦਲਿਤ ਭਾਈਚਾਰੇ ਨੂੰ ਸਮਝਾਉਣ ਕਿ ਜਿਹੜੇ ਤੁਹਾਡੇ ਦੁੱਖ ਨੇ ਜਾਂ ਜਿਹੜੀਆਂ ਗੱਲਾਂ ਕਰਕੇ ਤੁਹਾਨੂੰ ਭਰਮ ਪਾਇਆ ਜਾ ਰਿਹਾ ਕਿ ਸਿੱਖ ਤੁਹਾਨੂੰ ਤੁਹਾਡੇ ਖਿਲਾਫ, ਇਹ ਗੱਲਾਂ ਫਰਕ ਐ ਨੇ, ਦੱਸਿਆ ਜਾਵੇ ਕਿ ਅਸੀਂ ਭਗਤ ਰਵਿਦਾਸ ਸ਼ਬਦ ਕਿਉਂ ਕਹਿੰਦੇ ਆ, ਅਸੀਂ ਗੁਰੂ ਰਵਿਦਾਸ ਸ਼ਬਦ ਕਿਉਂ ਨਹੀਂ ਕਹਿ ਸਕਦੇ ਜਾਂ ਕਿਉਂ ਕਹਿਣਾ ਸਾਡੇ ਲਈ ਉਚਿਤ ਨਹੀਂ ਹੈ। ਇਹ ਵੀ ਗੱਲ ਹੋ ਸਕਦੀ ਆ ਕਿ ਆਪਾਂ ਵੱਡੇ ਤੋਂ ਵੱਡਾ ਅੱਖਰ ਜਿਹੜਾ ਹੈਗਾ ਉਹ ਵਰਤ ਸਕਦੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਇੱਕ ਲਿਸਟ ਜੀ ਛਾਪੀ ਜਾਂਦੀ ਆ ਕਿ ਅੱਡ ਅੱਡ ਮੁਲਕਾਂ ਚ ਅੱਡ ਅੱਡ ਥਾਵਾਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਆਖਿਆ ਜਾਂਦਾ। ਬੜੇ ਨਾਂ ਜੇ ਸੋਸ਼ਲ ਮੀਡੀਆ ਤੇ ਘੁਮਾਏ ਜਾਂਦੇ ਆ ਕਿ ਜੀ ਨੇਪਾਲ ਚ ਉਹਨਾਂ ਨੂੰ ਆਹ ਕਹਿੰਦੇ ਆ, ਫਲਾਨੇ ਥਾਂ ਤੇ ਉਹ ਕਹਿੰਦੇ ਆ। ਹੁਣ ਜੇਕਰ ਹਰ ਥਾਂ ਦੇ ਲੋਕ ਉਹਨੂੰ ਆਪਦੇ ਹਿਸਾਬ ਨਾਲ ਡਿਸਕ੍ਰਾਈਬ ਕਰਦੇ ਗੁਰੂ ਨਾਨਕ ਪਾਤਸ਼ਾਹ ਨੂੰ, ਤਾਂ ਇਵੇਂ ਹੀ ਜਿਹੜੇ ਕੋਈ ਗੁਰੂ ਕਹਿ ਕੇ ਚੇਤਾ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਸ ਗੱਲ ਤੇ ਅੜਨਾ ਨਹੀਂ ਚਾਹੀਦਾ, ਸਾਨੂੰ ਸਤਿਕਾਰ ਜਿਹੜਾ ਹੈਗਾ ਕਰਨਾ ਚਾਹੀਦਾ ਕਿ ਚਲੋ ਅਸੀਂ ਤੁਹਾਡੀ ਭਾਵਨਾ ਦਾ ਸਤਿਕਾਰ ਕਰਦੇ, ਤੇ ਸਾਡੇ ਧਰਮ ਦੇ ਹਿਸਾਬ ਨਾਲ, ਸਾਡੇ ਫਲਸਫੇ ਦੇ ਹਿਸਾਬ ਨਾਲ ਉਹਨਾਂ ਨੂੰ ਭਗਤ ਕਿਹਾ ਜਾਂਦਾ। ਤੇ ਇੱਥੋਂ ਤਿਕਰ ਗੁਰਬਾਣੀ ਚ ਇੱਕ ਚੀਜ਼ ਦਰਜ ਵਾ, ਇੱਕ ਲਾਈਨ ਦਰਜ ਆ ਕਿ ਜਿਹੜਾ ਭਗਤ ਵਾ ਉਹ ਗੁਰੂ ਨਾਲੋਂ ਵੀ ਇੱਕ ਤਰੀਕੇ ਨਾਲ ਉੱਥੇ ਉਹਦਾ ਰੁਤਬਾ ਸਟੇਟਸ ਜਿਹਨੂੰ ਕਹਿੰਦੇ ਆ ਉਹ ਵੱਡਾ ਦਿਖਾਇਆ ਗਿਆ ਵੀ ਗੁਰੂ ਜਿਹੜੀ ਭਗਤ ਦੀ ਬੰਨੀ ਹੋਈ ਚੀਜ਼ ਉਹ ਨਹੀਂ ਮੈਂ ਛੁਡਵਾ ਸਕਦਾ, ਗੁਰ ਕੀ ਬੰਦੀ ਭਗਤ ਛੁਡਾਵੇ। ਤੋ ਹੁਣ ਜਿਹੜਾ ਇਸ ਤਰੀਕੇ ਨਾਲ ਅਸੀਂ ਭਗਤ ਰਵਿਦਾਸ ਜੀ ਦਾ ਜੇ ਦਿਹਾੜਾ ਮਨਾਈਏ, ਮੰਨ ਲਓ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਵੇ ਬਈ ਸਮੁੱਚੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰੇ ਨੇ ਜਾਂ ਹੋਰ ਨੇ, ਸਭ ਥਾਂ ਦੇ ਉੱਤੇ ਭਗਤ ਰਵਿਦਾਸ ਜੀ ਦਾ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਵੇ। ਹੁਣ ਹੋਏਗਾ ਕੀ ਕਿ ਜਿੱਦਣ ਉੱਥੇ ਅੱਡ ਅੱਡ ਅੱਗੇ ਪਿੱਛੇ ਮਨਾਉਣਗੇ ਫਿਰ ਜਿਹੜੇ ਹੋਣਗੇ ਦਿਨ, ਤੇ ਦਿਨ ਦੇ ਦਿਨ ਉਹ ਸਭ ਤੋਂ ਵੱਧ ਪਹੁੰਚਣਗੇ ਦਰਬਾਰ ਸਾਹਿਬ, ਉਹਨਾਂ ਨੂੰ ਉੱਥੇ ਸਾਰਾ ਦਿਨ ਭਗਤ ਰਵਿਦਾਸ ਜੀ ਦੇ ਬਾਰੇ ਬਾਣੀ ਬਾਰੇ ਵਿਚਾਰਾਂ ਹੋਣ, ਸੈਮੀਨਾਰ ਕਰਾਇਆ ਜਾਵੇ, ਤੇ ਦੀਵਾਨ ਸਾਹਿਬ ਮੰਜੀ ਸਾਹਿਬ ਦੇ ਵਿੱਚ ਉਹਨਾਂ ਨੂੰ ਨੇੜੇ ਤਾਂ ਲਾਈਏ ਨਾ। ਪ੍ਰੋਬਲਮ ਸਮੱਸਿਆ ਕੀ ਆ, ਜੇ ਅਸੀਂ ਦੀਵਾਨ ਸਥਾਨ ਮੰਜੀ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦਾ ਦਿਹਾੜਾ ਮਨਾਈਏ ਤੇ ਦੁਨੀਆ ਭਰ ਦੇ ਵਿੱਚ ਵੱਡੇ, ਹੁਣ ਮਨਾਉਂਦੇ ਤਾਂ ਹੈਗੇ ਆ, ਮਨਾਉਣਗੇ ਇਸ ਵਾਰੀ ਵੀ ਸ਼੍ਰੋਮਣੀ ਕਮੇਟੀ ਵਾਲੇ, ਅਕਾਲ ਤਖ਼ਤ ਸਾਹਿਬ ਵੀ, ਜਥੇਦਾਰ ਸਾਹਿਬ ਵੀ ਪਹੁੰਚ ਜਾਣਗੇ ਉੱਥੇ। ਪਰ ਮੈਂ ਤੁਹਾਨੂੰ ਗਰੰਟੀ ਦਿੰਦਾ, ਇੰਨਾ ਲਕੋ ਕੇ ਇੰਨਾ ਚੋਰਾਂ ਜਿਹਾ ਵਾਂਗੂ ਪ੍ਰੋਗਰਾਮ ਕਰਦੇ ਆ ਵੀ ਅਖਬਾਰ ਤੋਂ ਖ਼ਬਰ ਪੜ੍ਹ ਕੇ ਪਤਾ ਲੱਗਦਾ ਵੀ ਉੱਥੇ ਦਿਨ ਆਉਣਾ ਹੈ। ਜਿਵੇਂ ਆਪਾਂ ਹੋਰ ਦਿਹਾੜੇ ਵੱਡੇ ਪੱਧਰ ਤੇ ਮਨਾਉਂਦੇ ਹਾਂ, ਆਪਾਂ ਇਹ ਗੱਲ ਮੰਨ ਕੇ ਮਨਾਓ ਨਾ ਕਿ ਆਪਾਂ ਰਵਿਦਾਸੀਆ ਕਹਾਉਣ ਵਾਲੇ ਸਿੱਖਾਂ ਨੂੰ ਇਸ ਗੱਲ ਲਈ ਪ੍ਰੇਰਨਾ ਦੇਣੀ ਆ ਕਿ ਅਕਾਲ ਤਖ਼ਤ ਸਾਹਿਬ ਨਾਲ ਜੁੜੀਏ, ਬਾਣੀ ਤੇ ਬਾਣੇ ਨਾਲ ਜੁੜੀਏ, ਅੰਮ੍ਰਿਤ ਛਕੀਏ, ਆਓ ਉੱਥੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਭਗਤ ਰਵਿਦਾਸ ਜੀ ਦਾ ਦਿਹਾੜਾ ਮਨਾਇਆ ਜਾਂਦਾ ਉਹਦੇ ਉੱਤੇ ਚੱਲਾਂਗੇ। ਇਵੇਂ ਹੀ ਕਬੀਰ ਪੰਥੀਆਂ ਨੂੰ, ਇਵੇਂ ਹੀ ਜਿਹੜੇ ਹੋਰ ਬਰਾਦਰੀਆਂ ਦੇ ਜਿਨ੍ਹਾਂ ਦੇ ਘੱਟੋ ਘੱਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਬਾਣੀ ਦਰਜ ਆ, ਉਹਨਾਂ ਸਾਰਿਆਂ ਦੇ ਦਿਹਾੜੇ ਤਾਂ ਆਪਾਂ ਮਨਾ ਹੀ ਸਕਦੇ ਹਾਂ। ਸੋ ਇਸ ਤਰੀਕੇ ਨਾਲ ਜਿਹੜੀ ਉਦੋਂ ਗੜਬੜ ਹੋ ਗਈ ਕਿ ਡਾਕਟਰ ਅੰਬੇਦਕਰ ਜੀ ਜਾਂ ਮਾਸਟਰ ਤਾਰਾ ਸਿੰਘ ਹੋਣਾ ਵੇਲੇ ਜਿਹੜਾ ਸਿੱਖ ਨਹੀਂ ਸਰ ਸਕੇ, ਉਹ ਅਸੀਂ ਗੱਲ ਜਿਹੜੀ ਹੈਗੀ ਆ ਉਹਦਾ ਕੋਈ ਹਿਸਾਬ ਕਿਤਾਬ ਬਣਾ ਲਵਾਂਗੇ। ਇਸ ਵੇਲੇ ਜਿਸ ਤਰੀਕੇ ਨਾਲ ਹਿੰਦੂ ਤਵਾ ਨਾ ਹਿੰਦੂ ਤਵਾ ਦੀ ਤਾਕਤ ਵੱਧ ਰਹੀ ਆ, ਜਿਸ ਤਰੀਕੇ ਨਾਲ ਉਹ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਆ, ਤਾਂ ਸਾਰੇ ਭਾਰਤ ਦੇ ਵਿੱਚ ਜਿਹੜੇ ਸੂਝਵਾਨ ਦਲਿਤ ਨੇ ਉਹ ਇਸ ਗੱਲੋਂ ਦਹਿਸ਼ਤ ਵਿੱਚ ਨੇ। ਉਹਨਾਂ ਨੂੰ ਪਤਾ ਹੈ ਕਿ ਜੇਕਰ ਹਿੰਦੂਤਵਾ ਦੀ ਤਾਕਤ ਵੱਧਦੀ ਹੈ ਤਾਂ ਇਹਦੇ ਅਰਥ ਕੀ ਨੇ। ਇਹ ਉਹਨਾਂ ਨੂੰ ਸਮਝ ਵਾ ਕਿ ਆਰੀਅਨ ਅਤੇ ਅਨ ਆਰੀਅਨ ਸੰਘਰਸ਼ ਕੀ ਸੀ, ਸ਼ਿਵਜੀ ਕੌਣ ਆ, ਵਿਸ਼ਨੂੰ ਜੀ ਕੌਣ ਆ, ਇਹ ਉਹਨਾਂ ਨੂੰ ਪਤਾ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹ ਨੇ ਜਿਨ੍ਹਾਂ ਦਾ ਬੀਤੇ ਦੌਰ ਦੇ ਵਿੱਚ ਕੁਛ ਹੋਰ ਹਿਸਾਬ ਕਿਤਾਬ ਸੀ, ਅੱਜ ਦੇ ਹਿਸਾਬ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਖੋਜਾਂ ਨੇ ਗੱਲਾਂ ਨੰਗੀਆਂ ਕਰ ਦਿੱਤੀਆਂ ਨੇ ਕਿ ਜਿਹਨਾਂ ਨੂੰ ਅੱਜ ਅਸੀਂ ਬ੍ਰਾਹਮਣ ਕਹਿੰਦੇ ਹਾਂ, ਜਿਹਨਾਂ ਨੂੰ ਅਸੀਂ ਹਿੰਦੂ ਕਹਿੰਦੇ ਹਾਂ, ਜਿਹਨਾਂ ਨੇ ਭਾਰਤ ਦੇ ਅੱਜ ਸਮੁੱਚੇ ਚੀਜ਼ ਨੂੰ ਆਪਦੇ ਗਲ ਵਿੱਚ ਲਿਆ ਹੋਇਆ, ਤੇ ਇਹ ਲੋਕ ਜਿਹੜੇ ਨੇ ਅਸਲ ਵਿੱਚ ਬਾਹਰੋਂ ਆਏ ਹੋਏ ਉਹ ਲੋਕ ਨੇ ਜਿਨ੍ਹਾਂ ਨੇ ਇੱਥੋਂ ਦੇ ਅਸਲ ਵਾਸੀਆਂ ਨੂੰ ਦਲਿਤ ਬਣਾ ਕੇ, ਸ਼ੂਦਰ ਬਣਾ ਕੇ ਪੂਰੀ ਤਰ੍ਹਾਂ ਦਰੜਿਆ, ਜਿਨ੍ਹਾਂ ਨੂੰ ਕਿਸੇ ਨੇ ਗਲ ਨਾਲ ਜੇ ਲਾਇਆ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਸੀ। ਹਾਂ, ਇਸ ਤੋਂ ਪਹਿਲਾਂ ਮਹਾਤਮਾ ਬੁੱਧ ਨੇ, ਬੁੱਧ ਮਤ ਨੇ ਕੋਈ ਕਸਰ ਨਹੀਂ ਛੱਡੀ,
ਪਰ ਉਹ ਗੱਲ ਨਹੀਂ ਬਣੀ ਜੋ ਸਿੱਖ ਧਰਮ ਤੋਂ ਬਣੀ। ਤੇ ਇਸ ਗੱਲ ਦੇ ਬਾਰੇ ਜਿਹੜੇ ਸਾਡੇ ਡੀ ਪੈਟਰੀ ਸੀਆਈਡੀ ਪ੍ਰਮੁੱਖ ਦੀ 1911 12 ਵਾਲੀ ਰਿਪੋਰਟ ਦਾ ਚਰਚਾ ਚੱਲਦਾ ਰਹਿੰਦਾ, ਤੇ ਇਵੇਂ ਹੀ ਜਿਹੜੀ ਮੈਕਾਲਫ ਨੇ ਗੱਲ ਲਿਖੀ ਆ ਕਿ ਹਿੰਦੂਆਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਸਿੱਖ ਧਰਮ ਨੇ ਗੁਰੂ ਸਾਹਿਬਾਨ ਨੇ ਜਾਤ ਪਾਤ ਦੇ ਫਲਸਫੇ ਦੀਆਂ ਜੜੀਆਂ ਜੜਾਂ ਬੁਨਿਆਦਾਂ ਹੀ ਹਿਲਾ ਦਿੱਤੀਆਂ ਸੀ, ਇਸ ਕਰਕੇ ਉਹ ਇਸ ਸਿੱਖ ਧਰਮ ਦੇ ਉਲਟ ਨੇ। ਤੇ ਉਸ ਗੱਲ ਦੇ ਬਾਰੇ ਅੱਜ ਸਾਨੂੰ ਮੰਨਣਾ ਪਊਗਾ ਕਿ ਜਿਹੜਾ ਬੀਤਿਆ ਹੋਇਆ ਦੌਰ ਸੀ ਉਦੋਂ ਚੱਕਰ ਹੋਰ ਸੀਗਾ, ਅੱਜ ਸਾਨੂੰ ਆਪਦੇ ਤਰਜੀਹਾਂ ਜਿਹੜੀਆਂ ਨੇ ਨਵੇਂ ਸਿਰੋਂ ਨਿਰਧਾਰਿਤ ਕਰਨੀਆਂ ਪੈਣਗੀਆਂ। ਅੱਜ ਤੋਂ 100 ਕੁ ਸਾਲ ਪਹਿਲਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉਦੋਂ ਵੀ ਇਹ ਮਸਲਾ ਬੜੇ ਜ਼ੋਰ ਸ਼ੋਰ ਨਾਲ ਉਭਰਿਆ ਸੀ। ਚੇਤੇ ਕਰੋ ਕਿ ਜਿਹੜੀ ਇੱਥੇ ਸਰਦਾਰ ਹਰਜਿੰਦਰ ਸਿੰਘ ਦਲਗੀਰ ਦੀ ਇੱਕ ਕਿਤਾਬ ਆ, ਹਾਲਾਂਕਿ ਦਲਗੀਰ ਬਹੁਤ ਸਾਰੀਆਂ ਗੱਲਾਂ ਕਰਕੇ ਵਿਵਾਦਾਂ 'ਚ ਵੀ ਰਹਿੰਦਾ, ਪਰ ਉਹਦੀ ਜਿਹੜੀ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਆ ਉਹਦਾ ਨਾਂ ਵੀ ਇਹੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ। ਤੇ ਮੈਂ ਹੈਰਾਨ ਆ ਇੱਕ ਬਹੁਤ ਚੋਟੀ ਦੇ ਸਿੱਖ ਵਿਦਵਾਨ ਨਾਲ ਇੱਕ ਦਿਨ ਜਦੋਂ ਗੱਲ ਹੋਈ, ਮੈਂ ਉਹਨੂੰ ਕਿਤਾਬ ਆਪਦੇ ਵਾਲੀ ਕਿਤਾਬ ਫੜਾਈ, ਮੈਂ ਕਿਹਾ ਮੈਂ ਤਾਂ ਨਵੀਂ ਲੈ ਲੂ ਤੂੰ ਪਹਿਲਾਂ ਚੱਲਿਆ ਜਾ ਚੱਕ, ਉਹ ਵੀ ਇਸ ਗੱਲੋਂ ਉਹਨੂੰ ਵੀ ਸਮਝੋ। ਮੈਂ ਦੱਸਿਆ ਮੈਂ ਕਿਹਾ ਦੇਖੋ ਜੀ ਆ ਲਿਖਿਆ ਤਾਂ ਸਪਸ਼ਟ ਹੋਇਆ ਕਿ ਉਦੋਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਪੁਜਾਰੀਆਂ ਦਾ ਕਬਜ਼ਾ ਸੀ ਉਹ ਇੱਥੇ ਦਲਿਤ ਆਖੇ ਜਾਣ ਵਾਲੇ ਸਿੱਖਾਂ ਨੂੰ, ਅਮਰਧਾਰੀ ਸਿੱਖਾਂ ਨੂੰ ਵੀ ਵਿਤਕਰਾ ਕਰਦੇ ਸੀ, ਉਹਨਾਂ ਨੂੰ ਕਹਿੰਦੇ ਸੀ ਤੁਸੀਂ ਦੁਪਹਿਰੋਂ ਜਦੋਂ ਸੂਰਜ ਸਿਰ ਤੇ ਹੋਵੇ ਉਦੋਂ ਉਦੋਂ ਮੱਥਾ ਟੇਕ ਜਾ ਕਰੋ, ਤੁਹਾਡਾ ਪਰਛਾਵਾਂ ਨਹੀਂ ਕਿਸੇ ਚੀਜ਼ ਤੇ ਪੈਣਾ ਚਾਹੀਦਾ ਗੁਰੂ ਘਰ ਦੀ ਤੇ, ਇੱਥੋਂ ਤੱਕ ਕਿ ਦੇਗ ਨਹੀਂ ਸੀ ਲੈਂਦੇ। ਤੇ ਫਿਰ ਇੱਥੇ ਜਿਹੜੇ ਸੀ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ, ਉਹਨਾਂ ਨੇ ਕਿਹਾ ਤੁਸੀਂ ਅਸੀਂ ਤੁਹਾਡੇ ਨਾਲ ਚੱਲਾਂਗੇ। ਤੇ ਕਿਵੇਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਨੇ ਪੁਜਾਰੀਆਂ ਨੂੰ ਪੁੱਛਿਆ, ਦੱਸਿਆ ਕਿ ਦੱਸੋ ਸਾਨੂੰ ਕਿਹੜੇ ਗੁਰੂ ਨੇ ਕਦੋਂ ਇਹ ਹੁਕਮ ਕੀਤਾ, ਕਿਹੜੇ ਗੁਰੂ ਨੇ ਕਦੋਂ ਮਰਿਆਦਾ ਫੜਾਈ ਆ ਕਿ ਇੱਥੇ ਦਲਤਾਂ ਨਾਲ ਐ ਕਰਨਾ ਉਹ ਕਰਨਾ, ਇਹ ਸਿੱਖ ਨੇ ਤੇ ਬਰਾਬਰ ਦੇ ਸਿੱਖ ਨੇ। ਤੇ ਫਿਰ ਹੁਕਮਨਾਮਾ ਹੋਇਆ, ਹੁਕਮਨਾਮੇ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੇਗ ਪ੍ਰਵਾਨ ਕਰਨੀ ਪਈ। ਇਹ ਗੱਲਾਂ ਸੁਣ ਕੇ ਅਕਾਲ ਤਖਤ ਵਾਲੇ ਤਾਂ ਭੱਜ ਭੁੱਜ ਗਏ, ਜਿਹੜੇ ਪੁਜਾਰੀ ਸੀ ਉਹ ਇਹ ਪੁਜਾਰੀ ਜਿਹੜੇ ਬ੍ਰਾਹਮਣ ਦੇ ਏਜੰਟ ਬਣ ਕੇ ਦਰਬਾਰ ਸਾਹਿਬ ਵਿੱਚ ਕਾਬਜ ਹੋ ਗਏ ਸੀ, ਅੱਜ ਉਹ ਬਿਰਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਸਮਾਜ ਦੇ ਅੰਦਰ ਆ ਰਹੀ ਹੈ। ਉਨੀ ਜ਼ਿਆਦਾ ਛਾਈ ਨਹੀਂ ਹੋਈ, ਪਰ ਉਹਨਾਂ ਨਿੱਕੀਆਂ ਮੋਟੀਆਂ ਗੱਲਾਂ ਦੇ ਬਹਾਨੇ ਬਹੁਤ ਸਾਰੇ ਬੰਦੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਰਨ ਕਰਾਉਣ ਲੱਗ ਪਏ ਆ, ਜਿਹਦੇ ਨਾਲ ਦਲਿਤ ਭਾਈਚਾਰੇ ਦੇ ਬਹੁਤ ਸਾਰੇ ਲੋਕ ਇਹ ਸਮਝਣ ਲੱਗ ਪਏ ਆ ਕਿ ਸਿੱਖੀ ਵਿੱਚ ਜਾਂ ਸਿੱਖਾਂ ਵਿੱਚ ਵੀ ਗੜਬੜ, ਹਾਲਾਂਕਿ ਕੋਈ ਗੜਬੜ ਨਹੀਂ, ਪਰ ਸਾਨੂੰ ਇਹ ਗੱਲ ਲੈ ਕੇ ਆਉਣੀ ਪਊ ਸਾਹਮਣੇ। 100 ਸਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਇਹੀ ਗੱਲ ਨਹੀਂ ਪ੍ਰਚਾਰ ਸਕੀ ਕਿ ਸ਼੍ਰੋਮਣੀ ਕਮੇਟੀ ਬਣਾਉਣ ਦਾ ਮੁੱਖ ਆਧਾਰ ਇਹੀ ਸੀ ਕਿ ਗੁਰੂ ਘਰ ਤੱਕ ਬ੍ਰਾਹਮਣਵਾਦ ਦਾ ਫੈਲਾਇਆ ਹੋਇਆ ਜਾਤ ਵਰਣ ਦਾ ਫਲਸਫਾ ਆ ਕੇ ਬਹਿ ਗਿਆ ਸੀ, ਇੱਥੇ ਜਦੋਂ ਕਹਿਣ ਲੱਗ ਪਏ ਕਿ ਜੀ ਤੁਸੀਂ ਦੁਪਹਿਰੋਂ ਆਓ ਤੁਸੀਂ ਜੀ ਜਾਂ ਤੁਹਾਡਾ ਜਿਹੜਾ ਹੈਗਾ ਦੇਗ ਨਹੀਂ ਪ੍ਰਵਾਨ ਕਰਨੀ, ਫਿਰ ਇੱਥੇ ਉਸ ਟਾਈਮ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਬਣਾਉਣ ਦਾ ਆਧਾਰ ਜਿਹੜਾ ਸੀ ਉਹ ਤਿਆਰ ਹੋਇਆ। ਹੁਣ ਗੱਲ ਆ ਜਾਂਦੀ ਆ ਅੱਜ ਦੇ ਹਿਸਾਬ ਤੇ, 26 ਜਨਵਰੀ ਦਾ ਦਿਹਾੜਾ ਭਾਰਤ ਦੇ ਲੋਕ ਗਣਤੰਤਰ ਦੇ ਰੂਪ ਚ ਮਨਾਉਂਦੇ ਆ, ਤੇ ਇਸ ਗਣਤੰਤਰ ਦੇ ਬਾਰੇ ਡਾਕਟਰ ਅੰਬੇਦਕਰ ਦਾ ਜ਼ਿਕਰ, ਸੰਵਿਧਾਨ ਦਾ ਜ਼ਿਕਰ ਹੁੰਦਾ, ਤੇ ਜਿੰਨਾ ਝੂਠ ਤੂਫਾਨ ਬੋਲਿਆ ਜਾਂਦਾ ਉਹਦੇ ਉੱਤੇ ਪੜ੍ਹ ਕੇ ਸਿਆਣੇ ਬੰਦੇ ਨੂੰ ਹਾਸਾ ਹੀ ਆਉਂਦਾ ਨਾ ਵੀ ਮੇਰਾ ਦੇਸ਼ ਮਹਾਨ। ਹੁਣ ਮਹਾਨ ਤਾਂ ਬਾਕੀ ਸਾਰੇ ਭਾਰਤ ਦੇ ਲੋਕ ਦੁਖੀ, ਅਸਲ ਬਸਤੀ ਜਿਹਨਾਂ ਨੂੰ ਮੂਲ ਵਾਸੀ ਕਹਿੰਦੇ ਆ SCBC ਉਹ ਸਭ ਤੋਂ ਵੱਧ ਦੁਖੀ ਨੇ, ਨਪੀੜੇ ਜਾ ਰਹੇ। ਤੇ ਜੋ ਇਸ ਮੁਲਕ ਦੇ ਸਿਸਟਮ ਨੇ ਹਾਲ ਬਣਾਇਆ ਹੋਇਆ, ਇੱਥੇ ਹਿੰਦੂ ਹੋਣ ਦਾ ਲਾਭ ਬੜਾ ਨਜ਼ਾਰੇ ਬੜੇ, ਆਪਾਂ ਕੱਲ ਪਰਸੋਂ ਦੇਖਿਆ ਕੋਈ ਜਿਹਦੇ ਕੋਲ ਇੰਦਰ ਜੀ ਦੇ ਨਿੱਕੂ ਗਿਆ ਸੀ, ਉਹ ਬਾਬਾ ਜਿਹਾ ਬਾਗੇਸ਼ਵਰ ਪਤਾ ਨੀ ਕੀ ਕਹਿੰਦੇ ਉਹਨੂੰ, ਉਹ ਕਹਿੰਦਾ ਜੀ ਆਪਾਂ ਹਿੰਦੂ ਰਾਸ਼ਟਰ ਬਣਾਉਣਾ। ਹੁਣ ਉਹ ਹਿੰਦੂ ਰਾਸ਼ਟਰ ਵਾਲੇ ਦਾ ਹਾਲ ਕੀ ਆ ਵੀ ਇੱਕ ਕੁੜੀ ਕੋਈ ਸੁਹਾਨੀ ਸ਼ਾਹ ਉਹ ਕਹਿੰਦੀ ਆ ਵੀ ਇਹ ਤਾਂ ਕਲਾ ਵਾ ਜਿਹੜੇ ਡਰਾਮੇ ਕਰਦਾ ਨਾ ਜਿਹਦੇ ਤੋਂ ਇੰਦਰਜੀਤ ਨਿੱਕੂ ਵਰਗੇ ਜਾਂ ਹੋਰ ਬਹੁਤ ਸਾਰੇ ਲੋਕ ਉਸ ਟ੍ਰੈਪ 'ਚ ਫਸ ਰਹੇ ਨੇ, ਵੀ ਐਡੀ ਕੋਈ ਗੱਲ ਨਹੀਂ। ਉਹਨੇ 3-4 ਦਿਨ ਤੋਂ ਇੱਥੇ ਟੀਵੀ ਚੈਨਲਾਂ ਦੇ ਉੱਤੇ ਫੱਟੇ ਚੱਕੇ ਪਏ ਨੇ ਵੀ ਲਿਆਓ ਮੇਰੇ ਸਾਹਮਣੇ ਮੈਂ ਹਰੇਕ ਦਾ ਦਿਮਾਗ ਰੀਡ ਕਰ ਸਕਦੀ ਹਾਂ। ਹੁਣ ਉਹ ਕਹਿੰਦੀ ਇਹ ਕਲਾ ਵਾ ਕੋਈ ਜਾਦੂ ਜਾਦੂ ਨਹੀਂ, ਕੋਈ ਸ਼ਕਤੀ ਸ਼ੁਕਤੀ ਵਾਲਾ ਕੰਮ ਨਹੀਂ, ਜਿਵੇਂ ਉਹ ਕਰਦਾ ਵੀ ਬਾਲਾ ਜੀ ਦੀ ਕਿਰਪਾ ਹੋ ਗਈ ਫਲਾਣੇ ਦੀ ਕਿਰਪਾ ਹੋ ਗਈ, ਇਹ ਤਾਂ ਆਮ ਗੱਲਾਂ ਨੇ। ਹੁਣ ਗੱਲ ਇਹ ਹੈ ਇਹ ਜਿਹੜਾ ਸਾਡਾ ਰਾਹ ਆ, ਨਾ ਤਾਂ ਅਸੀਂ ਤਰਕਸ਼ੀਲ ਨਾਸਤਕ ਤੇ ਕਾਮਰੇਡ ਬਣਨ, ਨਾ ਅਸੀਂ ਅੰਧ ਵਿਸ਼ਵਾਸੀ ਬਣਨ। ਸਾਡਾ ਧਰਮ ਸਾਨੂੰ ਕੀ ਬਣਾਉਂਦਾ, ਸਾਡਾ ਧਰਮ ਸਾਨੂੰ ਇਨਸਾਨ ਬਣਾਉਂਦਾ, ਸਾਨੂੰ ਕੁਦਰਤ ਕੇ ਸਭ ਬੰਦੇ ਦਾ, ਸਾਨੂੰ ਜਿਹੜਾ ਹੈਗਾ ਸਭ ਨੂੰ ਇੱਕ ਅੱਖ ਨਾਲ ਦੇਖਣ ਦਾ, ਸਭ ਮੈਂ ਜੋਤ ਜੋਤ ਹੈ ਸੋਏ ਵਾਲੀ ਗੱਲ ਉਹ ਹੈ, ਪਰ ਅਸੀਂ ਜਿਸ ਤਰੀਕੇ ਨਾਲ ਅੱਜ ਦੁਨੀਆਂ ਦੇ ਸਾਹਮਣੇ ਸਾਨੂੰ ਸਾਡਾ ਅਕਸ ਪੇਸ਼ ਕੀਤਾ ਜਾ ਰਿਹਾ,
ਉਹ ਬੜਾ ਖਤਰਨਾਕ ਆ। ਅੱਜ ਸਾਨੂੰ ਮੰਨਣਾ ਪਊਗਾ ਕਿ ਅਸੀਂ ਇੱਕ ਇਤਿਹਾਸ ਦੇ ਉਸ ਦੌਰ ਵਿੱਚ ਆ ਜਿੱਥੇ ਅਸੀਂ ਆਪਦੀ ਹੋਂਦ ਦੀ ਲੜਾਈ ਵੀ ਲੜਨੀ ਹੈ, ਪਰ ਸਾਨੂੰ ਡਿਸਕ੍ਰਾਈਬ ਕਿਵੇਂ ਕੀਤਾ ਜਾ ਰਿਹਾ, ਸਾਡੇ ਬਾਰੇ ਜਿਹੜੀ ਰਾਏ ਬਣਾਉਣੀ ਆ ਕਿਸੇ ਨੇ, ਉਹ ਜਿੰਨਾ ਥਾਵਾਂ ਤੋਂ ਜਿੰਨਾ ਗੱਲਾਂ ਤੋਂ ਬਣਦੀ ਆ ਉਹਦੇ ਬਾਰੇ ਫਿਰ ਇਹ ਗੱਲ ਸਪਸ਼ਟ ਵਾ। ਇੱਥੇ ਕਈ ਵਾਰੀ ਆਪਾਂ ਅੱਗੇ ਵੀ ਚਰਚਾ ਕੀਤੀ ਆ ਵੀ ਜੇਕਰ ਤੁਸੀਂ ਆਪਦੇ ਆਪ ਨੂੰ ਆਪ ਡਿਫਾਈਨ ਨਹੀਂ ਕਰੋਗੇ ਨਾ, ਫਿਰ ਤੁਹਾਡਾ ਵਿਰੋਧੀ ਤੁਹਾਨੂੰ ਡਿਫਾਈਨ ਕਰੂ। ਤੋਂ ਸਾਡੇ ਬਾਰੇ ਹਿੰਦੂ ਤਾਂ ਹਿੰਦੂ ਪੁਣੇ ਵਾਲੇ ਦੱਸਦੇ ਆ, ਟੀਵੀ ਚੈਨਲ ਉੱਤੇ ਜਾਓ ਉਹ ਕਹਿਣਗੇ ਤੁਹਾਨੂੰ ਤਾਂ ਜੀ ਪਤਾ ਹੀ ਨਹੀਂ, ਤੁਸੀਂ ਕਹਿੰਦੇ ਸਿੱਖ ਹੋ, ਤੁਹਾਨੂੰ ਥੋੜੀ ਪਤਾ। ਅਸੀਂ ਦੱਸਾਂਗੇ ਵੀ ਸਿੱਖੀ ਕੀ ਹੁੰਦੀ ਹੈ, ਅਸੀਂ ਦੱਸਾਂਗੇ ਮਰਿਆਦਾ ਕੀ ਹੁੰਦੀ ਹੈ। ਹੁਣ ਹੱਦ ਹੋਈ ਪਈ ਆ ਸਿੱਖਾਂ ਦੇ ਧਾਰਾਂ ਦੇ ਬਾਰੇ, ਗੈਰ ਸਿੱਖ ਮੂੰਹ ਸਿਰ ਹੋਲਿਆ ਹੁੰਦਾ, ਕਾਮਰੇਡ ਦੀ ਸੋਚ ਹੁੰਦੀ ਆ ਉਹ ਬੜਾ ਉੱਥੇ ਮੁੜਕ ਮੁੜ ਕੇ ਬੋਲੂ, ਤੇ ਸਿੱਖ ਵਿਦਵਾਨ ਖੂੰਜੇ ਲੱਗਿਆ ਬੈਠਾ ਹੁੰਦਾ, ਡਰਾਇਆ ਪਿਆ ਹੁੰਦਾ ਹੈਗਾ। ਤੇ ਟੀਵੀ ਚੈਨਲਾਂ ਦੇ ਐਂਕਰ ਆ ਜਿਹੜੇ ਉਸ ਸਿੱਖ ਨੂੰ ਬੋਲਣ ਨਹੀਂ ਦਿੰਦੇ, ਜਦੋਂ ਵੀ ਉਹ ਕਹਿਣ ਲੱਗਦਾ ਉਹ ਕਹਿੰਦੇ ਤੁਸੀਂ ਕੱਟੜਵਾਦੀ ਹੋ। ਮਤਲਬ ਜੇਕਰ ਕੋਈ ਬੰਦਾ ਸਿੱਖ ਰਹਿਤ ਮਰਿਆਦਾ ਸਿੱਖ ਫਲਸਫੇ ਤੇ ਸਿੱਖ ਇਤਿਹਾਸ ਦੀ ਠੋਕਵੀਂ ਵਕਾਲਤ ਕਰਨੀ ਚਾਹੇ ਤਾਂ ਟੀਵੀ ਚੈਨਲਾਂ ਵਾਲੇ ਕਹਿੰਦੇ ਤੁਸੀਂ ਕੱਟੜਵਾਦੀ ਹੋ। ਤੇ ਜਿਹੜੇ ਬੰਦੇ ਆਪਦੇ ਹਿਸਾਬ ਦੇ ਨਾਲ ਆਪਦੇ ਮਤਲਬ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਜਾਂ ਸਿੱਖ ਫਲਸਫੇ ਨੂੰ ਜਾਂ ਗੁਰੂ ਸਾਹਿਬਾਨ ਨੂੰ ਜਾਂ ਸਿੱਖੀ ਨੂੰ ਡਿਸਕ੍ਰਾਈਬ ਕਰਦੇ ਆ, ਉਹਨਾਂ ਨੂੰ ਕਹਿੰਦੇ ਲਿਬਰਲ ਨੇ, ਇਹ ਬੜੇ ਵਧੀਆ ਬੰਦੇ ਆ। ਤੇ ਇਹ ਲੋਕ ਕਰਦੇ ਕੀ ਨੇ, ਕਹਿਣਗੇ ਜੀ ਗੁਰੂ ਨਾਨਕ ਸਾਹਿਬ ਵੀ ਕਾਮਰੇਡ ਸੀ, ਗੁਰੂ ਨਾਨਕ ਦਾ ਰਾਹ ਸਾਡਾ ਰਾਹ, ਗੁਰੂ ਗੋਬਿੰਦ ਸਿੰਘ ਦਾ ਰਾਹ ਸਾਡਾ ਰਾਹ, ਹੱਦ ਹੋਈ ਪਈ ਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨਾਲ ਬਾਂਟੇ ਖੇਡਦੇ ਰਹੇ ਹੁਣ ਨਾ ਗਲੀਆਂ ਚ, ਉਵੇਂ ਲਿਖਣਗੇ। ਇੱਕ ਨੇ ਕਿਤਾਬ ਦਾ ਟਾਈਟਲ ਲਿਖਿਆ ਅਸੀਂ ਨਾਨਕ ਦੇ ਕੀ ਲੱਗਦੇ ਹਾਂ। ਹੁਣ ਨਾਨਕ ਅੱਖਰ ਹੁਣ ਸਾਡੇ ਸਰਦਾਰ ਕਪੂਰ ਸਿੰਘ ਜੀ ਦੀ ਇੱਕ ਪੂਰੀ ਲਿਖਤ ਵਾ ਜਿਹਦਾ ਹੈਗਾ ਗੁਰੂ ਨਾਨਕ ਦੀ ਪਦ ਪਦਵੀ, ਵੀ ਉਹਨੂੰ ਗੁਰੂ ਕਿਉਂ ਕਹਿਣਾ ਸੀ, ਹੋਰ ਅੱਖਰ ਕਿਉਂ ਨਹੀਂ ਉਹਦੇ ਉਹਨਾਂ ਦੇ ਅੱਗੇ ਲਾਉਣ। ਤੋਂ ਇਹ ਜਿਹੜੀਆਂ ਚਬਰੀਕੀਆਂ ਨੇ ਇਹ ਸਾਨੂੰ ਉਹਨਾਂ ਟਾਈਮ ਤੰਗ ਕਰਨਗੀਆਂ ਜਿੰਨਾ ਟਾਈਮ ਅਸੀਂ ਆਪਦੇ ਫਰਜ਼ਾਂ ਵੱਲ ਨਾ ਮੁੜੇ, ਅਸੀਂ ਆਪਦੀਆਂ ਜ਼ਿੰਮੇਵਾਰੀਆਂ ਨਾ ਪਛਾਣੀਆਂ। ਨਹੀਂ ਤਾਂ ਜਿਵੇਂ ਡਾਕਟਰ ਅੰਬੇਦਕਰ ਅਸਲ ਵਿੱਚ ਕੁਛ ਹੋਰ ਹੈ ਤੇ ਭਾਰਤੀ ਹਕੂਮਤੀ ਤੰਤਰ ਨੇ ਕੁਛ ਹੋਰ ਬਣਾ ਧਰਿਆ, ਦਲਿਤ ਭਾਈਚਾਰੇ ਨੂੰ ਤਾਂ ਹੁਣ ਤੱਕ ਵਾਲਿਆਂ ਨੂੰ ਪਤਾ ਨਹੀਂ, ਹੁਣ ਪਤਾ ਲੱਗਣ ਲੱਗਿਆ ਵੀ ਅਸੀਂ ਤਾਂ ਭਾਰਤ ਦੇ ਅਸਲ ਵਾਸੀ ਹਾਂ। ਆਹ ਜਿਹੜੇ ਸਾਡੇ ਤੇ ਰਾਜ ਕਰੀ ਜਾਂਦੇ ਆ, ਜੁੱਤੀਆਂ ਮਾਰਦੇ ਆ, ਆਪਦੇ ਆਪ ਨੂੰ ਵੱਡੇ ਬਣੇ ਫਿਰਦੇ ਆ, ਇਹ ਲੋਕ ਤਾਂ ਬਾਹਰੋਂ ਆਏ ਹੋਏ ਨੇ ਤੇ ਇੱਥੇ ਆ ਕੇ ਸਾਡੇ ਭਾਈਚਾਰੇ ਨੂੰ ਇਹਨਾਂ ਨੇ ਦੱਬਿਆ ਕੁੱਟਿਆ। ਇਵੇਂ ਸਿੱਖੀ ਨੂੰ ਡਿਸਕਸ਼ਨ ਕਰਨ ਦਾ, ਸਿੱਖੀ ਨੂੰ ਡਿਸਕ੍ਰਾਈਬ ਕਰਨ ਦਾ ਠੇਕਾ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ। ਤੇ ਅਸੀਂ ਹਿਸਾਬ ਕਿਤਾਬ ਇਹ ਲਾ ਲਓ ਵੀ ਡੇਰਾ ਸਰਸਾ ਦਾ ਉਹੀ ਉਹਦੀਆਂ ਚਲੋ ਪੈਰੋਲਾਂ ਹੋ ਰਹੀਆਂ, ਗੱਲ ਵੱਖਰੀ ਆ। ਕੱਲ ਖਬਰ ਆਈ ਆ ਵੀ ਜਿਹੜੀ ਆ 26 ਜਨਵਰੀ ਮਨਾਈ ਜਾ ਰਹੀ ਆ, ਇਹਦੇ ਕਰਕੇ 90 ਦਿਨ ਦੀ ਉਹਦੀ ਸਜ਼ਾ ਵਾ। ਕਾਹਦੇ ਕਰਕੇ, ਕਹਿੰਦੇ ਜੀ ਉਹ ਫਿਰ ਬਹੁਤ ਵਧੀਆ ਚੱਲ ਰਿਹਾ ਅੰਦਰ, ਮੈਂ 90 ਜੇਲ੍ਹ ਵੀ ਰਿਹਾ, ਅੰਮ੍ਰਿਤਸਰ ਜੇਲ੍ਹ ਵੀ ਕੱਟੀ ਆ, ਲੁਧਿਆਣੇ ਵੀ ਜੇਲ੍ਹ ਕੱਟੀ ਆ, ਤੇ ਮੈਂ ਤਾਂ ਉੱਥੇ ਕੋਈ ਸਿੱਖ ਆਮ ਜਿਹੜੇ ਕੈਦੀ ਨੂੰ ਉਹ ਜਿਹੜੇ ਸਿੱਖ ਸੰਘਰਸ਼ ਵਾਲੇ ਆ ਉਹ ਤਾਂ ਬਾਣੀ ਦੀ ਗੱਲ ਕਰਨਗੇ, ਅੰਦਰ ਕਿਤਾਬਾਂ ਪੜ੍ਹਨਗੇ, ਧਰਮ ਨਾਲ ਜੁੜੀਆਂ ਗੱਲਾਂ ਕਰਨਗੇ, ਉਹ ਵੀ ਨਹੀਂ ਕੋਈ ਬਦਮਾਸ਼ੀਆਂ ਕਰਦੇ। ਤੇ ਆਹ ਜਿਹੜੇ ਆਮ ਜਨਰਲ ਕੇਸਾਂ ਚ ਗਏ ਹੁੰਦੇ ਨੇ, ਆਮ ਕ੍ਰਾਈਮ ਕਰਕੇ ਗਏ ਹੁੰਦੇ ਨੇ, ਇਹ ਵੀ ਨਹੀਂ ਕੋਈ ਗੜਬੜ ਕਰਦੇ, ਉਹਨਾਂ ਦੀਆਂ ਤਾਂ ਸਜ਼ਾਵਾਂ ਕਦੇ ਨਹੀਂ ਮਾਫ਼ ਹੁੰਦੀਆਂ। ਪਰ ਇੱਕ ਰੇਪ ਦੇ ਕੇਸ ਵਿੱਚ ਗਿਆ ਹੋਇਆ ਇੱਕ ਕਾਤਲ ਜਿਹਨੂੰ 2 ਉਮਰ ਕੈਦਾਂ ਅਦਾਲਤੀ ਸਿਸਟਮ ਨੇ ਸੁਣਾਈਆਂ, ਉਹਨੂੰ ਕਹਿੰਦੇ ਜੀ ਬੜਾ ਵਧੀਆ ਕਿਰਦਾਰ ਆ ਤੇ 90 ਦਿਨ ਦੀ ਸਜ਼ਾ ਮਾਫ਼। ਇਹ ਆ ਮੇਰਾ ਦੇਸ਼ ਮਹਾਨ। ਉਦੋਂ ਮਹਾਨ ਇਹ ਆ ਵੀ ਇੱਕ ਆਸ਼ੀਸ਼ ਮਿਸ਼ਰਾ ਜਿਹਨੇ ਉੱਥੇ ਟਰੈਕਟਰ ਥੱਲੇ ਦੇ ਕੇ, ਗੱਡੀਆਂ ਥੱਲੇ ਦੇ ਕੇ ਆਪਣੇ ਕਿਸਾਨ ਸੰਘਰਸ਼ ਦੌਰਾਨ ਬਹੁਤ ਸਾਰੇ ਲੋਕ ਕਤਲ ਕਰਤੇ ਸੀ, ਉਸ ਬੰਦੇ ਨੂੰ ਹੁਣ 8 ਹਫ਼ਤਿਆਂ ਦੀ ਅੰਤਰਮ ਜ਼ਮਾਨਤ ਦਿੱਤੀ ਹੈ। ਕਿਉਂ ਦਿੱਤੀ ਆ? ਕਿਉਂਕਿ ਉਹਦੇ ਪਾਪਾ ਜੀ, ਉਹਦੇ ਡੈਡੀ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਵੱਡੇ ਲੀਡਰ ਨੇ, ਹਿੰਦੂ ਹੋਣ ਦਾ ਲਾਭ ਬੜਾ। ਸੋ ਜਿਹੜੀ ਚੀਜ਼ ਇਸ ਮੁਲਕ 'ਚ ਹਿੰਦੂ ਦੇ ਹਿੱਤ ਵਿੱਚ ਵਾ, ਉਹ ਚਾਹੇ ਕੋਈ ਵੀ ਆ, ਗੰਦੀ ਤੋਂ ਗੰਦੀ ਆ, ਮਾੜੀ ਤੋਂ ਮਾੜੀ ਆ, ਉਹ ਵਧੀਆ ਤੋਂ ਵਧੀਆ ਵਾ, ਪਰ ਸਿੱਖਾਂ ਦੀ ਜਾਂ ਹੋਰਨਾਂ ਦੀ ਹਰ ਚੰਗੀ ਤੋਂ ਚੰਗੀ ਚੀਜ਼ ਮਾੜੀ ਆ। ਹੁਣ ਜਿਸ ਮੁਲਕ ਦਾ ਮੀਡੀਆ, ਜਿਸ ਮੁਲਕ ਦਾ ਸਾਰਾ ਸਿਸਟਮ ਇਸ ਤਰੀਕੇ ਨਾਲ ਚੱਲਦਾ ਹੋਵੇ, ਉਹਦੇ ਬਾਰੇ ਜਦੋਂ ਇਹ ਪੜ੍ਹਦੇ ਆ ਮੇਰਾ ਦੇਸ਼ ਮਹਾਨ, ਫਿਰ ਹਾਸਾ ਵੀ ਆਉਂਦਾ ਤੇ ਕਦੇ ਕਦੇ ਗੁੱਸਾ ਵੀ ਆਉਂਦਾ ਵੀ ਆਹ ਮੁਲਕ ਮਹਾਨ ਜਿੱਥੇ ਕਾਤਲਾਂ ਨੂੰ, ਜਿੱਥੇ ਰੇਪਿਸਟਾਂ ਨੂੰ ਤੁਸੀਂ ਇਸ ਤਰੀਕੇ ਨਾਲ ਸਨਮਾਨਦੇ ਹੋ, ਤੇ ਜੇਕਰ ਪਾਰਲੀਮੈਂਟ ਦੇ MP ਆ ਜਿਹੜੇ ਉਹਨਾਂ ਦਾ ਡਾਟਾ ਕੱਢਿਆ ਜਾਵੇ, ਕੋਈ ਕਹਿੰਦਾ ਜੀ 80% ਤੋਂ ਵੱਧ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹਨਾਂ ਦੇ ਉੱਤੇ ਗੰਭੀਰ ਅਪਰਾਧ, ਜਿਨ੍ਹਾਂ ਨੂੰ ਹੀਨੀਅਸ ਕ੍ਰਾਈਮ ਕਹਿੰਦੇ ਆ, ਉਹਨਾਂ ਦੇ ਦੋਸ਼ ਨੇ, ਤੇ ਇਹ ਨਹੀਂ ਕਿ ਝੂਠੇ ਨੇ, ਸੱਚੇ ਨੇ, ਤੇ ਉਲਟਾ ਇਹ ਲੋਕ ਇਸ ਮੁਲਕ ਦੇ ਵਿੱਚ ਛਾਏ ਹੋਏ ਨੇ, ਤੇ ਸੱਚੇ ਸੁੱਚੇ ਲੋਕ ਜਿਨ੍ਹਾਂ ਦੇ ਜੀਵਨ 'ਚ ਕੋਈ ਖੋਟ ਨਹੀਂ, ਕੋਈ ਦਾਗ ਨਹੀਂ, ਉਹ ਲੋਕ ਧੱਕ ਕੇ ਖੂੰਜੇ ਲਾਏ ਹੋਏ ਨੇ।
ਉਹਨਾਂ ਤੇ ਰਾਜ ਕਰਦੇ ਆ ਇਹ ਲੋਕ। ਸੋ ਇਹ ਜਿਹੜਾ ਔਲਕ ਆ ਉਹ ਇੰਨਾ ਮਹਾਨ ਆ ਬਈ ਇੱਕ ਮੁੱਖ ਮੰਤਰੀ ਬਣ ਕੇ ਆਪਦੇ ਪੂਰੇ ਪ੍ਰਬੰਧਾਂ ਹੇਠ ਆਪਦੀ ਸਰਪ੍ਰਸਤੀ ਹੇਠ ਗੁਜਰਾਤ ਦੇ ਵਿੱਚ ਜਦੋਂ ਕਤਲੇਆਮ ਕਰਾਇਆ ਮੋਦੀ ਨੇ ਤਾਂ ਇੰਨਾ ਮਹਾਨ ਦੇਸ਼ ਹੋਇਆ ਵੀ ਉਹਨੂੰ ਕਹਿੰਦੇ ਤੂੰ ਬਹੁਤ ਵਧੀਆ ਕੀਤਾ ਇਹਨੂੰ ਪ੍ਰਧਾਨ ਮੰਤਰੀ ਬਣਾਓ ਛੇਤੀ। ਉਹ ਇਹੀ ਹਾਲ ਰਾਜੀਵ ਗਾਂਧੀ ਦਾ ਸੀ ਜਦੋਂ ਉਹਨੇ ਸਿੱਖਾਂ ਦਾ ਕਤਲੇਆਮ ਕਰਾਇਆ ਉਹਨੂੰ ਪ੍ਰਧਾਨ ਮੰਤਰੀ ਬਣਾਤਾ। ਸੋ ਜਿਸ ਔਲਕ ਦੇ ਵਿੱਚ ਇਹੋ ਜਿਹੇ ਦਿਨ ਹੋਣ ਵੀ ਕਿਸੇ ਘੱਟ ਗਿਣਤੀ ਦਾ ਕਤਲੇਆਮ ਕਰਾਓ ਤੇ ਫਿਰ ਤੁਹਾਨੂੰ ਵੋਟਾਂ ਹੀ ਵੋਟਾਂ ਸਾਰੇ ਭਾਰਤ ਨੇ ਪਾ ਦੇਣੀਆਂ, ਚੁੱਪ ਕਰਕੇ ਤੁਸੀਂ ਆਪਦਾ ਪ੍ਰਧਾਨ ਮੰਤਰੀ ਬਣ ਜਾਓ। ਦੋ ਤਿੰਨ ਵਾਰੀ ਬਣ ਗਿਆ ਹੈਗਾ ਮੋਦੀ ਤੇ ਹਜੇ ਕਹਿੰਦੇ ਆ ਵੀ ਹਜੇ ਹੋਰ ਫੇਰ ਬਣ ਜਾਣਾ ਉਹਨੇ। ਆਹ ਜਿਹੜਾ ਮੁਲਕ ਆ ਇਹ ਵਾਕਿਆ ਹੀ ਮਹਾਨ ਆ ਭਾਈ, ਇਹੋ ਜਿਹੇ ਮੁਲਕ ਦੇ ਵਿੱਚ ਰਹਿਣਾ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੂੰ ਸਮਝ ਵਾ। ਕਈ ਵਾਰ ਗੱਲਾਂ ਕਰਦੇ ਸੱਜਣ ਮਿੱਤਰ ਕਹਿ ਦਿੰਦੇ ਆ ਵੀ ਜਾਂ ਤਾਂ ਰੱਬ ਸਾਨੂੰ ਅਕਲ ਨਾ ਦਿੰਦਾ ਤੇ ਜਾਂ ਇੰਨੀ ਕੁ ਸਮਰੱਥਾ ਵੀ ਦੇ ਦਿੰਦਾ ਕਿ ਅਸੀਂ ਇਸ ਸਮੱਸਿਆ ਦਾ ਕੋਈ ਹੱਲ ਕੱਢ ਸਕਦੇ ਹੋਵੇ। ਹੁਣ ਗੱਲ ਦੀ ਸਾਰੀ ਸਮਝ ਆ, ਦੁੱਖ ਕੀ ਆ, ਤਕਲੀਫ ਕੀ ਆ, ਪੀੜ ਕੀ ਆ, ਪਰ ਹੱਲ ਨਹੀਂ ਕੋਈ। ਜਿਵੇਂ ਮੈਂ ਦੇਖ ਰਿਹਾ ਕਿ 2012 ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜਾ ਚ ਨਜ਼ਰਬੰਦ ਸਿੱਖਾਂ ਲਈ ਲੜ ਰਹੇ ਆ, ਅੱਜ ਵੀ ਚੰਡੀਗੜ੍ਹ ਦੀਆਂ ਸੜਕਾਂ ਤੇ ਬੇਮਿਸਾਲ ਸੰਗਤਾਂ ਨੇ ਇੱਕ ਹੜ ਲਿਆਂਦਾ ਪਿਆ ਉੱਥੇ, ਜਿਹੜਾ ਵੱਡਾ ਕੌਮੀ ਇਨਸਾਫ਼ ਮੋਰਚੇ ਵੱਲੋਂ ਮਾਰਚ ਕੱਢਿਆ ਗਿਆ ਤੇ ਪੰਜਾਬ ਅਤੇ ਪੰਥ ਦੇ ਹੱਕਾਂ ਲਈ ਰੈਫਰੈਂਡਮ ਦੀ ਗੱਲ ਕਰ ਕੀਤੀ ਗਈ। ਹੋਰ ਬਹੁਤ ਸਾਰਾ ਇੱਥੇ ਚੰਡੀ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਵੱਲੋਂ ਮਾਰਚ ਕੱਢਿਆ ਗਿਆ, ਨਾਲੇ ਇੱਥੇ ਪ੍ਰੋਗਰਾਮ ਕੀਤਾ ਗਿਆ। ਅੱਜ ਘੱਟੋ ਘੱਟ 4 ਵੱਡੇ ਪ੍ਰੋਗਰਾਮ ਪੰਜਾਬ ਚ ਹੋ ਰਹੇ, ਪਰ ਦਿੱਲੀ ਵਾਲਿਆਂ ਨੂੰ ਜਾਂ ਭਾਰਤੀ ਮੀਡੀਏ ਨੂੰ ਕੋਈ ਇਹਦੀ ਚਿੰਤਾ ਹੀ ਨਹੀਂ ਵੀ ਇਸ ਪੰਜਾਬ ਦੇ ਲੋਕ ਕੀ ਚਾਹੁੰਦੇ ਆ, ਲੋਕਾਂ ਦੀ ਕੀ ਰਾਏ ਆ। ਇੱਕ ਪਾਸੇ ਅਸੀਂ ਇਹ ਸੁਣਦੇ ਹਾਂ ਕਿ ਯੂਰਪੀਅਨ ਮੁਲਕਾਂ ਦੇ ਵਿੱਚ ਜੇਕਰ ਕੋਈ ਨਿੱਕੀ ਮੋਟੀ ਵੀ ਗੱਲ ਦੇ ਉੱਤੇ ਰਾਏ ਕਿਸੇ ਦੀ ਵੱਖਰੀ ਹੋ ਜਾਵੇ, ਉਹ ਕਹਿੰਦਾ ਜਿਹੜਾ ਪੀਜ਼ਾ ਨਾ ਪੀਜ਼ਾ, ਅਸੀਂ ਪੀਜ਼ੇ ਉੱਤੇ ਵੀ ਬਹਿਸ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਇਟਾਲੀਅਨ ਪੀਜ਼ਾ ਉਹ ਇਹੋ ਜਿਹਾ ਹੋਊਗਾ ਤੇ ਤੁਸੀਂ ਇਹੋ ਜਿਹਾ ਕਿਉਂ ਬਣਾਇਆ, ਜਾਂ ਤੁਹਾਡਾ ਇਹੋ ਜਿਹਾ ਨਹੀਂ ਹੋਊਗਾ ਜਾਂ ਤੁਹਾਡਾ ਇਹੋ ਜਿਹਾ ਹੋਏਗਾ, ਉਹਦੇ ਉਸ ਚੀਜ਼ ਦਾ ਵੀ ਸਤਿਕਾਰ ਕਰਦੇ ਆ। ਫਿਰ ਮੀਡੀਆ ਦੇ ਵਿੱਚ ਬੜੀ ਚਰਚਾ ਹੁੰਦੀ ਆ ਕਿ ਵਾਕਈ ਇਹ ਗੱਲ ਸੱਚੀ, ਇਹਨਾਂ ਦੀ ਇਹ ਭਾਵਨਾ ਦਾ ਇਹਦੇ ਪਿੱਛੇ ਇਹਨਾਂ ਦਾ ਲੌਜਿਕ ਆ। ਇੱਥੇ ਪੂਰੀ ਦੀ ਪੂਰੀ ਪੰਜਾਬ ਦੀ ਕਮਿਊਨਿਟੀ ਜਿਹੜੀ ਵਸਦੀ ਆ ਸਭ ਤੋਂ ਵੱਡੀ ਸਿੱਖ ਭਾਈਚਾਰਾ, ਉਹਦੇ ਜਜ਼ਬਾਤਾਂ ਦੀ ਕਦਰ ਕੋਈ ਨਹੀਂ। ਭਾਰਤੀ ਮੀਡੀਆ ਜਿਹੜਾ ਹੈ ਉਹਦਾ ਬੁਰਾ ਹਾਲ ਆ। ਆ ਨਸੀਰੂਦੀਨ ਸਾਹਿਬ ਪਿੱਟਦਾ ਸੀ ਆ ਕੱਲ ਬਈ ਜੀ ਇਸ ਮੁਲਕ ਦੇ ਵਿੱਚ ਕਿਵੇਂ ਸਿੱਖਾਂ ਦਾ ਜਲੂਸ ਕੱਢਿਆ ਜਾਂਦਾ। ਇੱਕ ਇੱਥੇ ਅਸੈਂਬਲੀ ਦੇ ਵਿੱਚ ਲੱਗਿਆ ਹੋਇਆ ਸਿੱਖ ਆਪਦੇ ਆਪ ਨੂੰ ਉਹ ਸਮਝਦਾ ਹੋਣਾ ਮੈਂ ਬੜਾ ਭਾਰਤ ਦਾ, ਉਹਨੂੰ ਵਾਰ ਵਾਰ ਚੜਾਉਣ ਵੀ 12 ਵੱਜਣ ਵਾਲੇ ਆ ਸਰਦਾਰ ਜੀ ਤੁਹਾਡੇ 12 ਵੱਜ ਗਏ 12 ਵੱਜਣ ਵਾਲੇ ਆ ਤੁਹਾਡੇ, ਦੱਸੋ ਆਹ ਮੁਲਕ ਆ ਇਹ ਆ ਮਹਾਨ ਮੁਲਕ ਜਿਹਨੂੰ ਕਹਿੰਦੇ ਆ ਜੀ ਮੇਰਾ ਦੇਸ਼ ਮਹਾਨ। ਤੇ ਆਹ ਫਿਲਮ ਦਾ ਰੌਲਾ ਪਾਇਆ ਸੀ ਇਹਨਾਂ ਨੇ ਪਠਾਨ ਫਿਲਮ ਦਾ, ਉਹ ਫਿਲਮ ਦਾ ਰੌਲਾ ਸਿਰਫ ਪਠਾਨ ਮੁਸਲਮਾਨ ਸ਼ਾਹਰੁਖ ਖਾਨ ਇਸ ਕਰਕੇ, ਹਾਲਾਂਕਿ ਸਾਰੀ ਫਿਲਮ ਨੂੰ ਉਹ ਲਿਖਣ ਵਾਲੇ ਹਿੰਦੂ ਕੁੜੀ ਵੀ ਹਿੰਦੂਆਂ ਦੀ ਆ ਜਿਹਦੇ ਕਰਕੇ ਇੰਨਾ ਰੰਡੀ ਰੋਣਾ ਪਾਈ ਫਿਰਦੇ ਆ, ਤੇ ਉਸ ਫਿਲਮ ਦਾ ਸਾਰਾ ਜਿਹੜਾ 99% ਉਸ ਫਿਲਮ ਨਾਲ ਜੁੜਿਆ ਹੋਇਆ ਜਿੰਨਾ ਵੀ ਹੈ ਕਲਾਕਾਰ ਜਾਂ ਹੋਰ ਸ਼ਾਹਰੁਖ ਖਾਨ ਤੋਂ ਬਗੈਰ। ਸ਼ਾਹਰੁਖ ਖਾਨ ਵੀ ਕਿੱਡਾ ਜਿਹੜਾ ਹੈਗਾ ਮੁਸਲਮਾਨ ਪ੍ਰਪਾਕਾ, ਉਹ ਕਿਹੜਾ ਇੱਥੇ ਕੋਈ ਮੱਕਾ ਬੜਾ ਪੱਕਾ ਮਲਾਣਾ ਹੈ, ਤੇ ਉਹ ਸਾਰੇ ਇਸ ਔਲਕ ਦੇ ਵਿੱਚ ਪਠਾਨ ਨਾਂ ਕਾਹਤੋਂ, ਹਾਏ ਸ਼ਾਹਰੁਖ ਖਾਨ ਕਾਹਤੋਂ, ਉਹ ਉਹਦੇ ਵਿਰੋਧ ਵਿੱਚ ਡਟੇ ਹੋਏ ਨੇ ਤੇ ਉਹਦੇ ਕਹਿੰਦੇ ਜੀ ਅਸੀਂ ਤਾਂ ਫਿਲਮ ਨੀ ਚੱਲਣ ਦੇਣੀ ਬਾਈਕਾਟ ਕਰਨਾ। ਤੋ ਇਹ ਆ ਮੇਰਾ ਦੇਸ਼ ਮਹਾਨ, ਜਿਹੜੀ ਤਾਂ ਫਿਲਮ ਘੱਟ ਗਿਣਤੀਆਂ ਦੇ ਸਿੱਖਾਂ ਦੇ ਮੁਸਲਮਾਨਾਂ ਦੇ ਈਸਾਈਆਂ ਦੇ ਜਾਂ ਕਿਸੇ ਹੋਰ ਦੇ ਖਿਲਾਫ਼ ਜਾਂਦੀ ਹੋਵੇ, ਜਿਹੜੀ ਕਿਤਾਬ ਇਹਨਾਂ ਦੇ ਖਿਲਾਫ਼ ਜਾਂਦੀ ਹੋਵੇ, ਉਹ ਕਹਿੰਦੇ ਆ ਲਾਜ਼ਮੀ ਥੋਪਾਂਗੇ ਪੜਾਵਾਂਗੇ ਅਸੀਂ, ਤੇ ਜਿਹੜੀ ਚੀਜ਼ ਸਾਡੇ ਹਿੱਤਾਂ ਦੇ ਜਿਹੜੀ ਹੈਗੀ ਆ ਉਹ ਹੱਕ ਚ ਹੋਵੇ ਉਹਨੂੰ ਕਹਿੰਦੇ ਆ ਨਾ ਜੀ ਨਾ ਇਹ ਨਹੀਂ ਚੱਲਣ ਦੇਣੀ, ਇਹਦਾ ਵਿਰੋਧ ਕਰਾਂਗੇ। ਸੋ ਜਿਹੜਾ ਇਸ ਔਲਕ ਦੇ ਵਿੱਚ ਇਹ ਨਾਰਾ ਦਿੱਤਾ ਗਿਆ ਮੇਰਾ ਦੇਸ਼ ਮਹਾਨ ਵਾਲਾ, ਇਹ ਨਾਰਾ ਅੱਜ ਦੀ ਤਰੀਕ ਵਿੱਚ ਇੱਕ ਮਜ਼ਾਕ ਬਣਿਆ ਹੋਇਆ, ਅੱਜ ਦੀ ਤਰੀਕ ਵਿੱਚ ਇਹ ਇੱਕ ਮਖੌਲ ਬਣਿਆ ਹੋਇਆ। ਅੱਜ ਦੀ ਤਰੀਕ ਵਿੱਚ ਜਦੋਂ ਇਹ ਨਾਰਾ ਜਦੋਂ ਇਹ ਲਿਖਤ ਕੋਈ ਦੇਖਦਾ ਦੇਖਦਾ ਉਹ ਹਾਸਾ ਜਿਹਾ ਆ ਜਾਂਦਾ, ਪਰ ਇਹ ਤਾਂ ਚਲੋ ਉਹਨਾਂ ਦੀ ਗੱਲ ਆ, ਆਪਾਂ ਉਹਨਾਂ ਦੀਆਂ ਗੱਲਾਂ ਕਰਕੇ ਵੀ ਉਹ ਮਾੜੇ ਆ ਐ ਉਹ ਆ ਆਪਣਾ ਖਹਿੜਾ ਐ ਨਹੀਂ ਛੁੱਟਣਾ, ਆਪਾਂ ਆਪਦੀ ਕੌਮ ਵੱਲ ਆਈਏ। ਸਾਡੇ ਅੰਦਰ ਬਹੁਤ ਨੁਕਸ ਨੇ ਬੜੀਆਂ ਘਾਟਾਂ ਨੇ, ਪਰ ਇੰਨੀ ਗੱਲ ਦੇ ਨਾਲ ਹੀਣ ਭਾਵਨਾ ਨਾਲ ਨਹੀਂ ਮਰ ਜਾਈਦਾ। ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹਦੇ ਨਾਲੋਂ ਖਤਰਨਾਕ ਹਾਲਾਤਾਂ ਨਾਲ ਜਿਉ ਕੇ ਮੱਥਾ ਲਾਇਆ। ਮੈਂ ਇੱਥੇ ਇੱਕ ਲਿਖਤ ਪੜ੍ਹ ਰਿਹਾ ਸੀਗਾ
ਬਈ ਉਹ ਚ ਕਈ ਵੱਡੀਆਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੋਇਆ ਸੀਗਾ ਕਿ ਉਹਨਾਂ ਨੂੰ ਆਫਰ ਹੋਈ, ਪੇਸ਼ਕਸ਼ ਹੋਈ ਕਿ ਜਿਹੜੀ ਨੌਕਰੀ ਤੁਸੀਂ ਇੱਥੇ ਕਰ ਰਹੇ ਹੋ ਨਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ, ਇਹਦੇ ਨਾਲੋਂ ਜ਼ਿਆਦਾ ਵਧੀਆ ਤਨਖਾਹ ਉੱਤੇ ਤੁਹਾਨੂੰ ਅਸੀਂ ਨੌਕਰੀ ਦਿੰਨੇ ਆ। ਪ੍ਰਿੰਸੀਪਲ ਤੇਜਾ ਸਿੰਘ ਦਾ ਜ਼ਿਕਰ ਆ ਕਿ ਖਾਲਸਾ ਕਾਲਜ ਪੜ੍ਹਾਉਂਦੇ ਸੀਗੇ ਤੇ ਤਨਖਾਹ ਸੀ 150 ਰੁਪਏ, 90 ਰੁਪਏ ਤਾਂ ਕਰਜ਼ਾ ਲਾਉਣ 'ਚ ਨਿਕਲ ਜਾਂਦੇ ਸੀ। ਸਰਕਾਰ ਕਹਿੰਦੀ, ਪੰਜਾਬ ਸਰਕਾਰ ਉਹਨਾਂ ਨੂੰ ਵੀ ਅਸੀਂ ਤੁਹਾਨੂੰ ਇੱਥੇ ਨੌਕਰੀ ਦਿੰਨੇ ਆ ਤੇ ਤਨਖਾਹ ਤੁਹਾਡੀ 300 ਤੋਂ ਉੱਪਰ ਹੋਊਗੀ। ਉਹ ਕਹਿੰਦੇ ਜੀ ਨਹੀਂ, ਮੈਂ ਤਾਂ ਇੱਥੇ ਖਾਲਸਾ ਕਾਲਜ ਦੀ ਨੌਕਰੀ ਕਰ ਲਈ। ਫਿਰ ਇੱਕ ਖਾਲਸਾ ਕਾਲਜ ਦਾ ਪ੍ਰਿੰਸੀਪਲ ਸੀਗਾ ਵਾਦਨ, ਉਹਨੂੰ ਕਹਿੰਦੇ ਤੈਨੂੰ ਅਸੀਂ ਸਿੱਖਿਆ ਮਹਿਕਮੇ ਦਾ ਡਾਇਰੈਕਟਰ ਬਣਾ ਦਿੰਦੇ ਹਾਂ, ਰੁਤਬਾ ਵੀ ਵੱਡਾ, ਤਨਖਾਹ ਵੀ ਵੱਡੀ। ਪਰ ਉਹ ਵੀ ਕਹਿੰਦੇ ਜੀ ਨਹੀਂ, ਮੈਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਦੇ ਰੂਪ ਦੇ ਵਿੱਚ ਇੱਥੇ ਸਰਸਪਾਈਆਂ ਮੈਂ ਇੱਥੇ ਕਰਨਾ। ਫਿਰ ਹੋਰ ਬੜੀਆਂ ਸ਼ਖਸੀਅਤਾਂ ਦਾ ਜ਼ਿਕਰ ਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾ ਕਾਲਜ, ਮੈਂ ਇਹ ਦੇਖ ਰਿਹਾ ਸੀਗਾ ਕਿ ਉਸ ਮੌਕੇ ਅੱਜ ਵੀ ਬਹੁਤ ਮਾੜੇ ਹਾਲਤ ਨੇ ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ ਦਾ ਇੱਕ ਰੱਫੜ ਪਿਆ ਹੋਇਆ। ਆ ਜਿਹੜੇ ਨੌਜਵਾਨ ਨੇ ਸੂਰੀ ਵਰਗੇ ਬੁੱਚੜ ਨੂੰ ਸੋਧਾ ਲਾਇਆ, ਉਹਦੇ ਪਰਿਵਾਰ ਦੇ ਬੱਚਿਆਂ ਦੀ ਫੀਸ ਦਾ ਮਸਲਾ ਸੀਗਾ ਤੇ ਭਾਈ ਜਗਤਾਰ ਸਿੰਘ ਹਵਾਰੇ ਵਾਲੀ ਕਮੇਟੀ ਹੈ, ਜਿਹੜੀ ਹਵਾਰਾ ਕਮੇਟੀ ਜਿਹਨੂੰ ਕਹਿੰਦੇ ਆ, ਉਹਨਾਂ ਵੱਲੋਂ ਚੀਫ ਖਾਲਸਾ ਦੀਵਾਨ ਦੇ ਮੈਂਬਰ ਆ ਪ੍ਰੋਫੈਸਰ ਮਲਜਿੰਦਰਪਾਲ ਸਿੰਘ, ਉਹਨਾਂ ਨੇ ਮੁੱਦਾ ਚੱਕਿਆ ਵੀ ਕਿਉਂ ਨਹੀਂ ਉਹਨਾਂ ਦੇ ਬੱਚਿਆਂ ਦੀਆਂ ਆਪਾਂ ਫੀਸਾਂ ਨਹੀਂ, ਫੀਸਾਂ ਮਾਫ ਕਰਦੇ, ਜਦੋਂ ਕਿ ਇੱਥੇ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਹੜੇ ਰੱਜੇ ਪੁੱਜੇ ਨੇ, ਅਰਬਾਂਪਤੀ ਨੇ, ਉਹਨਾਂ ਦੇ ਨਿਆਣੇ ਦੀਆਂ ਫੀਸਾਂ ਮਾਫ ਨੇ, ਆਪਾਂ ਉਸ ਬੰਦੇ ਨੇ ਕੌਮ ਲਈ ਕੁਰਬਾਨੀ ਕੀਤੀ ਹੈ। ਤਾਂ ਜਿਵੇਂ ਇੱਥੇ ਚੀਫ ਖਾਲਸਾ ਦੀਵਾਨ 'ਚ ਗੜਬੜਾਂ ਨੇ, ਸ਼੍ਰੋਮਣੀ ਕਮੇਟੀ 'ਚ ਗੜਬੜਾਂ ਨੇ, ਇਸ ਵੇਲੇ ਖਾਲਸਾ ਕਾਲਜ ਦੇ ਸਿਸਟਮ 'ਚ ਵੀ ਗੜਬੜਾਂ ਨੇ। ਪਰ ਇਹਦੇ ਨਾਲੋਂ ਜ਼ਿਆਦਾ ਵੱਡੀਆਂ ਗੜਬੜਾਂ ਸੀ ਉਦੋਂ ਜਦੋਂ ਪ੍ਰਿੰਸੀਪਲ ਤੇਜਾ ਸਿੰਘ ਹੋਣੀ ਜਾਂ ਹੋਰ ਜਿਹੜੇ ਬੰਦੇ ਜਿਹਨਾਂ ਦਾ ਜ਼ਿਕਰ ਆਪਾਂ ਕੀਤਾ, ਇਹਨਾਂ ਸਾਰਿਆਂ ਨੇ ਕਿਹਾ ਕਿ ਨਹੀਂ, ਸਾਡੀਆਂ ਸੇਵਾਵਾਂ ਦੀ ਇਸ ਥਾਂ ਨੂੰ ਜ਼ਿਆਦਾ ਲੋੜ, ਇਸ ਅਦਾਰੇ ਨੂੰ ਜ਼ਿਆਦਾ ਲੋੜ, ਅਸੀਂ ਆਪਦੀ ਜਿਹੜੀ ਕਾਬਲੀਅਤ ਆ, ਯੋਗਤਾ ਵਾ, ਉਹ ਇਵੇਂ ਹੀ ਆਪਾਂ ਸਾਰੇ ਲੋਕ, ਆਪਾਂ ਸਾਰੇ ਸਿੱਖ ਭਰਾ ਇਹ ਗੱਲ ਸੋਚਿਆ ਕਰੀਏ ਕਿ ਸਾਡੀ ਕੌਮ ਨੂੰ ਸਾਡੀ ਲੋੜ, ਇਹ ਠੀਕ ਆ ਕਿ ਜਿਹੜਾ ਹੈਗਾ ਕਿਤੇ ਹੋਰ ਜਾ ਕੇ ਵਧੀਆ ਰੁਤਬਾ ਮਿਲ ਸਕਦਾ, ਵਧੀਆ ਪੈਸੇ ਮਿਲ ਸਕਦੇ ਆ, ਉਹ ਚੀਜ਼ਾਂ ਵੀ ਅਰਥ ਰੱਖਦੀਆਂ ਨੇ, ਪਰ ਹਕੀਕਤ ਵਿੱਚ ਸਾਨੂੰ ਸਾਡੇ ਧਰਮ ਦੇ, ਸਾਨੂੰ ਸਾਡੇ ਸਮਾਜ ਦੇ ਲਾਭ ਲਈ, ਫਾਇਦੇ ਲਈ ਕੁਰਬਾਨੀਆਂ ਕਰਨੀਆਂ ਪੈਣਗੀਆਂ। ਬੀਤੇ ਦੌਰ ਦੇ ਵਿੱਚ ਕੁਰਬਾਨੀਆਂ ਹੋਰ ਤਰ੍ਹਾਂ ਸੀ ਵੀ ਆਪਾਂ ਆਪਦਾ ਜਿਹੜਾ ਹੈਗਾ ਆਪਣੇ ਆਪ ਨੂੰ ਕੁਰਬਾਨ ਕਰਨ, ਅੱਜ ਦੇ ਸਮੇਂ 'ਚ ਕੁਰਬਾਨੀ ਇਹ ਵੀ ਆ ਕਿ ਆਪਾਂ ਆਪਦੀ ਕੌਮ ਲਈ ਚੰਗੇ ਆਈਡੀਏ, ਚੰਗੇ ਵਿਚਾਰ ਲੈ ਕੇ ਆਈਏ, ਚੰਗੇ ਪ੍ਰਬੰਧਕੀ ਢਾਂਚੇ ਸਿਰਜੀਏ, ਜਿਹੜੀਆਂ ਪਹਿਲਾਂ ਚੱਲ ਰਹੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਘਾਟਾਂ ਕਮਜ਼ੋਰੀਆਂ ਨੂੰ ਠੀਕ ਕਰਨ ਦੇ ਲਈ ਮੈਦਾਨ ਵਿੱਚ ਆਈਏ। ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ, ਜਿਨ੍ਹਾਂ ਨੂੰ 26 ਜਨਵਰੀ ਦਾ ਚਾਅ ਆ ਉਹਨਾਂ ਨੂੰ ਇਹੀ ਬੇਨਤੀ ਆ ਬਈ ਭਾਈ ਬੇਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ, ਉਹ ਸਿੱਖੋ, ਇਹ 26 ਜਨਵਰੀ ਉਹਨਾਂ ਦੀ ਆ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਨੇ ਵਾਰੇ ਨਿਆਰੇ ਕਰਤੇ, ਤਖਤਾਂ ਤਾਜਾਂ ਵਾਲੇ ਬਣਾਤੇ, ਆਪਾਂ ਨਾ ਤਾਂ ਹਾਲ ਕੁਛ ਹੋਰ ਆ, ਆਪਾਂ ਨਾ ਬਾਗੀ ਰਹੇ ਨਾ ਬਾਦਸ਼ਾਹ, ਤੇ ਜਿਹੜਾ ਗੁਲਾਮ ਆ ਉਹਦੀ ਕੋਈ ਜ਼ਿੰਦਗੀ ਨਹੀਂ ਹੁੰਦੀ, ਆਓ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਲੜੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਕੋਲੋਂ ਕੁਛ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣ ਯੋਗ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।